ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿਤ ਸਤਿਨਾਮ ਵਾਹਿਗੁਰੂ ਸਾਹਿਬ ਜੀਓ ਮੰਜ ਮਹਲਾ ਤੀਜਾ ਇਸ ਗੁਫਾ ਮਹਿ ਅਕੁਤ ਪੰਧਾਰਾ ਤਿਸ ਵਿੱਚ ਵਸੈ ਹਰਿ ਅਲਖ ਅਪਾਰਾ ਇਸ ਗੋਫਾ ਮਹਿ ਅਖੁੱਟ ਪੰਧਾਰਾ ਇਸ ਵਿੱਚ ਵਸੈ ਹਰ ਆਲਖ ਅਪਾਰਾ ਆਪੇ ਗੁਪਤ ਪ੍ਰਗਟ ਹੈ ਆਪੇ ਗੁਰ ਸ਼ਬਦੀ ਆਪ ਵੰਝਾ ਬਣਿਆ ਹौं ਵਾਰੀ ਜਿਉਂ ਵਾਰੀ ਅੰਮ੍ਰਿਤ ਨਾਮ ਮਨ ਵਸ ਬਣਿਆ ਅੰਮ੍ਰਿਤ ਨਾਮ ਮਹਾਰਸ ਮੀਠਾ ਗੁਰਮਤੀ ਅੰਮ੍ਰਿਤ ਪੀਆ ਬਣਿਆ ਰਹਾ ਹਉ ਮੈਂ ਮਾਰ ਬਜਰ ਕਪਾਟ ਖੋਲਾ ਆ ਨਾਮੇ ਅਮੋਲਕ ਗੁਰ ਪ੍ਰਸਾਦਿ ਪਾਇਆ ਬਿਨ ਸ਼ਬਦੈ ਨਾਮ ਨਾ ਪਾਏ ਕੋਈ ਗੁਰ ਕਿਰਪਾ ਮਨ ਵਸਾ ਬਣਿਆ ਗੁਰ ਗਿਆਨ ਅੰਜਨ ਸਚ ਨਿਤਰੀ ਪਾਇਆ ਅੰਤਰ ਚਾਨਣ ਅਗਿਆਨ ਅੰਧੇਰ ਗਵਾਇਆ ਜੋਤੀ ਜੋਤ ਮਿਲੀ ਮਨ ਮਾਨਿਆ ਹਰਦਰ ਸੋਭਾ ਪਾਵਣਿਆ ਸਰੀਰੋਂ ਪਹਾਲਣ ਕੋ ਬਾਹਰ ਜਾਏ ਨਾਮ ਨਾ ਲਹੈ ਬਹੁਤ ਵੇਗਾਰ ਦੁਖ ਪਾਏ ਮਨ ਮੁਖ ਅੰਧੇ ਸੂਝੈ ਨਾਹੀ ਫਿਰ ਘਿਰ ਆਏ ਗੁਰਮੁਖ ਵਤ ਪਾਵਣਿਆ ਗੁਰ ਪ੍ਰਸਾਦੀ ਸੱਚਾ ਹਰ ਪਾਏ ਮਨ ਤਨ ਵੇਖੈ ਹਉ ਮੈਂ ਮਹਿਲ ਜਾਏ ਬੈਸ ਸੁਥਾਨ ਸਦ ਹਰ ਗੁਣ ਗਾਵੇ ਸਚੈ ਸ਼ਬਦ ਸਮਾ ਬਣਿਆ ਨੌ ਦਰ ਠਾਕੇ ਤਹਵਤ ਰਹਾਏ ਦਸਵੇਂ ਨਿਜ ਕਰ ਵਾਸਾ ਪਾਏ ਉਥੈ ਅਨਹਦ ਸ਼ਬਦ ਵਜੈ ਦਿਨ ਰਾਤੀ ਗੁਰਮਤੀ ਸ਼ਬਦ ਸੁਣਾ ਬਣਿਆ ਬਿਨ ਸ਼ਬਦੈ ਅੰਤਰ ਆਨੇਰਾ ਨਾ ਵਸਤ ਲਹੈ ਨਾ ਚੂਕੈ ਫੇਰਾ ਸਤਗੁਰ ਹੱਥ ਕੂੰਜੀ ਹੋਰਤ ਦਰ ਖੁੱਲੈ ਨਾਹੀ ਗੁਰ ਪੂਰੈ ਭਾਗ ਮਿਲਾਵਣਿਆ ਗੁਪਤ ਪ੍ਰਗਟ ਤੂੰ ਸਭ ਨੀ ਥਾਈ ਗੁਰ ਪ੍ਰਸਾਦੀ ਮਿਲ ਸੋਜੀ ਪਾਈ ਨਾਨਕ ਨਾਮ ਸਲਾਹ ਸਦਾ ਤੂੰ ਗੁਰਮੁਖ ਮਨ ਵਸਾਵਣਿਆ ਗੁਪਤ ਪ੍ਰਗਟ ਤੋ ਸਭ ਨੀ ਥਾਈ ਗੁਰ ਪ੍ਰਸਾਦੀ ਮਿਲ ਸੋ ਜੀ ਪਾਈ ਨਾਨਕ ਨਾਮ ਸਲਾਹ ਸਦਾ ਤੂੰ ਗੁਰਮੁਖ ਮਨ ਵਸਾਵਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗਾਟਲ ਸ਼ਬਦ ਸਤਿਗੁਰੂ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਪਾਤਸ਼ਾਹ ਜੀ ਦੀ عظیم ਅਪਾਰ ਬਖਸ਼ਿਸ਼ ਸੰਧਿਆ ਸਮੇਂ ਅਸੀਂ ਸਤਸੰਗਤ ਦਾ ਸਮਾਣ ਮਾਣ ਪਾ ਰਹੇ ਹਾਂ ਲੜੀਵਾਰ ਗੁਰਬਾਣੀ ਵਿਆਖਿਆਨ ਵਿੱਚ ਮਾਜ ਰਾਗ ਦੇ ਅਸ਼ਟ ਪਦੇ ਗੁਰੂ ਅਮਰਦਾਸ ਮਹਾਰਾਜ ਜੀ ਦਾ ਪਾਵਨ ਸੰਦੇਸ਼ ਸਾਨੂੰ ਪ੍ਰਾਪਤ ਹੈ ਜੋ ਸ਼ਬਦ ਆਪਨੇ ਸਰਵਨ ਕੀਤਾ ਹੈ ਇਸ ਦੇ ਅਸੀਂ ਸ਼ੁਰੂਆਤੀ ਚਾਰ ਪਦੇ ਵਿਚਾਰੇ ਨੇ ਜੋ ਨੈਕਸਟ ਫੋਰ ਸਟੰਜਸ ਹੈਗੇ ਨੇ ਅੱਜ ਉਹਨਾਂ ਦੀ ਅਸੀਂ ਉਹਨਾਂ ਤੋਂ ਉਹਨਾਂ ਦੀ ਬਾਤ ਪਾਵਾਂਗੇ ਜਿਵੇਂ ਸਮਾਂ ਸਾਨੂੰ ਅਲਾਉ ਕਰੇਗਾ ਬਚਨ ਪ੍ਰారంਭ ਕਰਦੇ ਹਾਂ ਹਮੇਸ਼ਾ ਦੀ ਤਰ੍ਹਾਂ ਮੁਖ ਸੁਨੇਹੇ ਦੇ ਪਦੇ ਤੋਂ ਹਉ ਵਾਰੀ ਜਿਉ ਵਾਰੀ ਅੰਮ੍ਰਿਤ ਨਾਮ ਮਨ ਵਸਾਵਣਿਆ ਗੁਰੂ ਅਮਰਦਾਸ ਸਾਹਿਬ ਕਹਿ ਰਹੇ ਹਉ ਮੀਨ ਮੈਂ ਮੈਂ ਵਾਰਨੇ ਜਾਨਣਾ ਮੈਂ ਕੁਰਬਾਨ ਜਾਨਣਾ ਕਿੰਨਾ ਤੋਂ ਜੀ ਅੰਮ੍ਰਿਤ ਨਾਮ ਮਨ ਵਸਾਵਣਿਆ ਜਿਨ੍ਹਾਂ ਨੇ ਆਤਮਿਕ ਜੀਵਨ ਦੇ ਸੋਰਸ ਨਾਮ ਨੂੰ ਮਨ ਵਿੱਚ ਵਸਾ ਲਿਆ ਬੀਇੰਗ ਅ ਸਿੱਖ ਇਹਦੀ ਬਹੁਤ ਹੀ ਜ਼ਿਆਦਾ ਵਿਆਖਿਆ ਕਰਨ ਦੀ ਲੋੜ ਨਹੀਂ ਹੋਣੀ ਚਾਹੀਦੀ ਬਟ ਸਮ ਹਾਊ ਵੀਰ ਨੋਟ ਐਕਚੁਅਲੀ ਈਵਨ ਐਨੀ ਮੋਰ ਫੈਮਿਲੀਅਰ ਵਿਦ ਆਰ ਓਨ ਗੁਰਮੁਖ ਗਲੋਸਰੀ ਸੋ ਦੈਟਸ ਵਾਈ when we read these lines we get some stuck somewhere what babaji saying in these lines what is amrit naam man vasavne it's a very simple thing ki jida ek school of thought ya jinu tusi bilkul andar believe kar lende ho to believe e haga ki jo kujh vi karna hai rab de peh ch reh ke karna hai guru nu no, haazir naazir manna hai e nectar hai amrit hai je bande nu no, eh ehsaas hoye suppose karo ਸਮ ਕਾਈਂਡ ਆਫ ਸੁਪਰਵੀਜ਼ਨ ਇਜ਼ ਹੈਪਨਿੰਗ ਸਮਵੇਅਰ ਜਿਵੇਂ ਮਤਲਬ ਕੈਮਰਾ ਸਰਕੂਲੇਸ਼ਨ ਹੋ ਰਹੀ ਹੈ ਕੁਝ ਹੋ ਰਿਹਾ ਤੇ ਬੰਦਾ ਅਵੇਅਰ ਆ ਕਿ ਮੈਂ ਇਸ ਰੂਪ ਵਿੱਚ ਹਰ ਵਕਤ ਆਬਜ਼ਰਵ ਹੋ ਰਿਹਾ ਹਾਂ ਜਿਹੜੇ ਬੰਦੇ ਨੇ ਚੋਰੀ ਕਰਨੀ ਠੱਗੀ ਕਰਨੀ ਉਹ ਤੇ ਤੰਗ ਹੋਏਗਾ ਪਰ ਜਿਹਨੂੰ ਅਹਿਸਾਸ ਹੋਏ ਕਿ ਵਾਓ ਸਮਥਿੰਗ ਇਜ਼ ਐਕਚੁਅਲੀ ਆਲਰੇਡੀ ਸਪੋਰਟਿੰਗ ਮੀ ਸਮਥਿੰਗ ਇਜ਼ ਆਲਰੇਡੀ ਐਕਚੁਅਲੀ ਮੇਕਿੰਗ ਮੀ ਅਵੇਅਰ ਥੈਟ ਥੇਰ ਇਜ਼ ਨੋ ਪੁਆਇੰਟ ਟੂ ਡੂ ਐਨੀ ਰੋਂਗਸ ਥਿੰਗ অর ਐਨੀ ਐਕਚੁਅਲੀ ਰੋਂਗ ਚੋਇਸਸ ਤੋਂਮਰਤ ਆ ਗਿਆ ਆਪਣੇ ਆਪ ਬਚਾਦ ਆਪਣੇ ਆਪ ਉਹ ਤਰੀਕਾ ਲੱਭ ਗਿਆ ਜਿਨ੍ਹਾਂ ਦੀ ਕੌਨਸ਼ੀਅਸਸ ਲੈਵਲ ਤੇ ਅਵੇਅਰ ਆ ਅਕਾਲ ਪੁਰਖ ਵਹਿਗਰੂ ਕਾਇਮ ਦਾਇਮ ਹੈ ਅੰਗ ਸੰਗਿਆ ਨਾ ਡਰਨਾ ਹੈ ਨਾ ਘਬਰਾਉਣਾ ਹੈ ਨਾ ਕਿਸੇ ਕਿਸਮ ਦੇ ਨਾਲ ਆਪਣੇ ਆਪ ਨੂੰ ਕਿਸੇ ਨੂੰ ਚੀਟ ਕਰਨਾ ਹੈ 댓 ਇਜ਼ ਐਨ ਐਕਟਰ 댓 ਇਜ਼ ਅਮਰਤ ਜਿਸ ਸੰਸਾਰ ਚ ਅਸੀਂ ਰਹਿ ਰਹੇ ਆ ਡਿਊਲ ਫੇਸਿਸ ਲਾਈਫ ਮੋਸਟਲੀ ਹੁੰਦੀ ਹੈ even more than actually you can say two layers people have their own kind of personas isse karke jehde mental disorders te hor itthe hor aa utthe hor aa parli tha hor aa saaf koi nahi hai jinu si integrity kehnde na sachiyarta actually naam sachiyar banaunda toanu naam toanu real bana denda you are your real self sweeten so nectar hai eh amrit hai eh gurbani ch pad lo ਸਪਿਰਚੁਅਲ ਸਾਈਡ ਤੋਂ ਆ ਰਿਹਾ ਹੈ ਮਾਡਰਨ ਲਿਟਰੇਚਰ ਚ ਪੜ ਲਓ ਇਹ ਇੰਟੀਗ੍ਰਿਟੀ ਦੀ ਤੇ ਜਿਹੜੀ ਹੈਗੀ ਇਹ ਐਥਿਕਸ ਦੀ ਤੇ ਇਹੋ ਜੀ ਗੱਲ ਕਰਦੇ ਨੇ ਜਿੰਨਾ ਉਹਨੂੰ ਕਲੋਸਲੀ ਫਾਲੋ ਕਰੋਗੇ ਉਨੇ ਸੁਖੀ ਰਹੋਗੇ ਗੁਰਬਾਣੀ ਨੇ ਕਿਹਾ ਇੱਕ ਇਨਰ ਸਿਸਟਮ ਬਿਲਡ ਕਰ ਲਓ ਅੰਦਰ ਹੀ ਸਿਮਰਨ ਕਰਕੇ ਜਪ ਕਰਕੇ ਉਸ ਲੈਵਲ ਤੇ ਲੈ ਆਓ ਕਿ ਅਹਿਸਾਸ ਹੋਏ ਅਕਾਲ ਪੁਰਖ ਵਾਹਿਗੁਰੂ ਕਾਇਮ ਦਾਇਮ ਹੈ ਅੰਗ ਸੰਗ ਹੈ ਗੁਰੂ ਅਮਰਦਾਸ ਸਾਹਿਬ ਕਹਿੰਦੇ ਜਿਨ੍ਹਾਂ ਨੂੰ ਇਹ ਅਹਿਸਾਸ ਹੈ मैं उन्होंने तो कुर्बान जाना अमृत नाम महारस मीठा समटाइम पीपल से डोंट यू थिंक इट्स हार्ड इफ वी हैव सम समो ऑफ बिलीव दैट रब जी इज ऑलवेज अस रब जी इज़ ऑलवेज़ विद अस दैन वी वी माइट गेट स्केड वी गेट माई गेट सम काइंड ऑफ एक्चुअली फीयर फैक्टर इन साइड अस भाई गल ये है ए महारस मीठा सपोज करो जिन्हें जिन्होंने य चीज़ का पता लग जाए ना ਕਿ ਮੇਰਾ ਡਾ ਟੀਚਰ ਆ ਮੇਰਾ ਡਾ ਮਾਸਟਰ ਆ ਉਹ ਮੈਨੂੰ ਹੈਲਪ ਕਰਨ ਵਾਸਤੇ ਆ ਵਟ ਏਵਰ ਅਸਾਈਨਮੈਂਟ ਵਰਕ অর ਐਨੀ ਕਾਈਂਡ ਆਫ ਟੈਸਟ ਆਮ ਡੂਇੰਗ ਥੈਟ ਪਰਸਨ ਇਜ਼ ਨੋਟ ਗੋਣਾ ਮੇਕ ਐਨ ਜਜਮੈਂਟਲ ਓਨ ਮੀ ਥੈਟ ਪਰਸਨ ਇਜ਼ ਗੋਣਾ ਹੈਲਪ ਮੀ ਹਾਊ ਟੂ ਕਮ ਆਊਟ ਮਾਈ ਐਰਰਸ ਸਮਝੋ ਉਹਦੀ ਛਿੜਕ ਵੀ ਮਿੱਠੀ ਹੋ ਗਈ ਉਹਦਾ ਦੱਸਣਾ ਵੀ ਮਿੱਠਾ ਹੋ ਗਿਆ ਉਹਦਾ ਚੈੱਕ ਕਰਕੇ ਵਿੱਚੋਂ ਮਿਸਟੇਕਸ ਕੱਢਣਾ ਵੀ ਮਿੱਠਾ ਹੋ ਗਿਆ ਬਈ ਐਟ ਲੀਸਟ ਇਹਨੇ ਮੈਨੂੰ ਦੱਸ ਦਿੱਤਾ ਇਹੀ ਕੰਮ ਰੱਬ ਜੀ ਦਾ ਹੈ ਸਾਡੇ ਜੀਵਨ ਦੇ ਤਾਪ ਸੰਤਾਪ ਦੁੱਖ ਤਕਲੀਫਾਂ ਐਕਚੁਅਲੀ ਉਹਦੇ ਚੈੱਕ ਮਾਰਕ ਨੇ ਸਾਡੇ ਵਾਸਤੇ ਜਿਹਨੂੰ ਇਹ ਮਿੱਠੇ ਲੱਗ ਜਾਣ ਜਿਹਨੂੰ ਪਤਾ ਲੱਗੇ ਪਈ ਐਸ ਇਹ ਮੈਨੂੰ ਪਤਾ ਲੱਗ ਰਿਹਾ ਮੈਨੂੰ ਹੋਰ ਕੰਮ ਕਰਨ ਦੀ ਲੋੜ ਹੈ ਆ ਚੁਆਇਸ ਬਣਾਉਣ ਦੀ ਲੋੜ ਹੈ ਜਿਹਨੂੰ ਇਹ ਮਹਾਰਸ ਮਿੱਠਾ ਲੱਗਦਾ ਇਹ ਜੀਵਨ ਦੀ ਗੱਲ ਹੋ ਰਹੀ ਹੈ ਸਾਰੇ ਗੁਰੂ ਬਾਬਾ ਜੀ ਕਹਿੰਦੇ ਅੰਮ੍ਰਿਤ ਨਾਮ ਮਹਾਰਸ ਮਿੱਠਾ ਪਰ ਬਾਬਾ ਜੀ ਇਫ ਆਈ ਰੀਲੀ ਵਾਂਟ ਟੂ ਐਚਲੀ ਇੰਜੋਏ ਥੈਟ ਲੈਵਲ ਆਫ ਸਟੇਟ ਆਫ ਮਾਈਂਡ ਵਟ ਇਜ਼ ਦ ਵੇ ਵਟ ਇਜ਼ ਦ ਪਾਥ ਹਨ ਵਬਾ ਵੀ ਸੇ ਗੁਰਮਤੀ ਮਨ ਵਸਾਵਣਿਆ ਗੁਰੂ ਕੀ ਮਤ ਇਸ ਸੋਰਸਿਆ ਜਿੰਨਾ ਗੁਰੂ ਨੂੰ ਅੰਡਰਸਟੈਂਡ ਕਰੇਗਾ ਗੁਰੂ ਕੋਲੋਂ ਮਤ ਜਿਹੜੀ ਐਕਿਮੂਲੇਟ ਕਰੇਗਾ ਗੇਨ ਕਰੇਗਾ ਅਟੇਨ ਕਰਨ ਦੀ ਟਰਾਈ ਕਰੇਗਾ ਉਹਨੇ ਬੈਟਰ ਹੋ ਜਾਏਗਾ ਉਹਨੇ ਵਧੀਆ ਹੋ ਜਾਏਗਾ ਇਹ ਰਹਾ ਉਹਦਾ ਪਦ ਆ ਅੱਗੇ ਅਸੀਂ 5 ਨੰਬਰ ਪਦੇ ਤੋ ਅੱਗੇ ਵਿਚਾਰ ਲੈ ਜਾਣੀ ਹੈ ਅੱਜ ਗੁਰੂਦੇਵ ਕਹਿੰਦੇ ਨੇ ਗੁਰ ਪ੍ਰਸਾਦੀ ਸੱਚਾ ਹਰ ਪਾਏ ਹਰੀ ਰੱਬ ਕੋਈ ਨਾਮ ਲੈ ਲਓ ਤੁਸੀਂ ਉਹਨੂੰ ਪ੍ਰਾਪਤ ਕਿਵੇਂ ਕਰਨਾ ਆ ਇੱਕ ਤੇ ਰੱਬ ਆ ਕੋਈ ਐਸੀ ਹਸਤੀ ਜਿਹੜੀ ਦੂਰ ਜੰਗਲਾਂ 'ਚ ਰਹਿੰਦੀ ਆ ਭਾਰਤੀ ਖੇਤੇ 'ਚ ਲਿਟਰੇਚਰ ਨੇ ਬੜਾ ਲੰਬਾ ਸਮਾਂ ਪ੍ਰਚਾਰਿਆ ਕਿ ਰੱਬ ਬਹੁਤ ਉੱਚਾ ਰਹਿੰਦਾ ਤੇ ਪਹਾੜਾਂ ਤੇ ਰਹਿੰਦਾ ਹਿਮਾਲੀਅਨਸ ਤੇ ਲੋਕੀ ਇਵਨ ਪੀਪਲ ਐਚਚੁਅਲੀ ਵੈਂਟ देयर 올 ਦਾ ਵੇ ਆਨ ਦਾ ਟੌਪ ਸੋ ਲੈਟਸ ਫਾਈਂਡ ਆਊਟ ਰੱਬ ਓਵਰ ਥੇ ਇਹੋ ਜਿਹੀ ਚੀਜ਼ਾਂ ਵੇਰੀਆਂ ਪੀਪਲ ਹੂ ਬਿਕਮ ਮੰਕ ਐਂਡ ਯੋਗੀ ਤਿਆਗੀ ਅਲਟੀਮੇਟਲੀ ਹੌਲੀ ਹੌਲੀ ਪਤਾ ਲੱਗਾ ਵੀ ਐਸਾ ਕੁਝ ਨਹੀਂ ਹੈਗਾ ਤੇ ਜਸਟ ਇੱਕ ਮਿੱਥਿਆ ਫਿਰ ਕਿਸੇ ਨੇ ਕਿਹਾ ਬਹੁਤ ਉੱਚਾ ਹੈਗਾ ਉਸ ਰੂਪ ਵਿੱਚ ਗੁਰਮਤ ਨੇ ਕਿਹਾ ਓਮ ਨਹੀਂ ਪ੍ਰੈਜ਼ੈਂਟ ਐ ਐਕਚੁਅਲ ਲੈਵਲ ਤੇ ਪ੍ਰਾਨਿਤ ਲੋਕਾਂ ਦੇ ਵਿੱਚ ਵੀ ਇਹ ਚੀਜ਼ ਰਹੀ ਪਰ ਉਹ ਕਿਸੇ ਤਰੀਕੇ ਨਾਲ ਅਸੀਂ ਲੌਸਟ ਕਰ ਗਏ ਫਿਰ ਗੁਰੂ ਸਾਹਿਬ ਨੇ ਸਿੱਖੀ ਨੂੰ ਜਦੋਂ ਐਕਚੁਅਲੀ 휴ਮੈਨਿਟੀ ਨੂੰ ਸਪਿਰਚੁਅਲ ਸਾਈਡ ਤੋਂ ਰਿਵਾਈਵ ਕੀਤਾ ਦੁਬਾਰਾ ਭਗਤ ਕਬੀਰ ਜੀ ਨੇ ਭਗਤ ਸਦਨਾ ਜੀ ਨੇ ਭਗਤ ਫਰੀਦ ਜੀ ਨੇ ਇਹਨਾਂ ਸਭ ਰੂਹਾਂ ਨੇ ਉਹਨਾਂ ਦੱਸਿਆ ਬੰਦੇ ਭਟਕਣਾ ਆਪਾਂ ਭਗਤ ਫਰੀਦ ਜੀ ਦੇ ਕਵਲ ਸ਼ਬਦਾਂ ਨੂੰ ਪੜ੍ਹਦੇ ਨਾ ਕਿ ਜੰਗਲ ਜੰਗਲ ਕਿਆ ਭਮੈ ਵਣ ਕੰਡਾ ਮੋੜਣਾ ਜੰਗਲਾਂ ਚ ਕੀ ਤੁਰਿਆ ਫਿਰਦਾ ਵਣਾਂ ਦੇ ਕੰਡੇ ਕਿਉਂ ਮੋੜ ਰਿਹਾ ਕਿਉਂ ਕਿਉਂਕਿ ਮੈਂ ਰੱਬ ਨੂੰ ਲੱਭਣਾ ਆਈ ਵਾਂਟ ਟੂ ਸੀ ਰੱਬ ਆਈ ਵਾਂਟ ਟੂ ਮੇਕ ਕਨੈਕਸ਼ਨ ਵਿਦ ਗੋਡ ਤੇ ਬਾਬਾ ਜੀ ਕਹਿੰਦੇ ਗੱਲ ਇਹ ਜੰਗਲ ਜੰਗਲ ਕਿਆ ਪਵੇਂ ਬਣ ਕੰਡਾ ਮੋੜਾ ਵਸੀ ਰੱਬ ਹੈ ਹਾਲੀ ਹੈ ਬਸਤੀ ਚ ਚਲਾ ਜਾ ਬਸਤੀ ਚ ਰੱਬ ਹੈ ਬਸਤੀ ਚ ਕਿੱਥੇ ਹੈ ਪਹਿਲਾਂ ਤਾਂ ਮੇਰੇ ਅੰਦਰ ਹੈ ਜਿਹੜੀ ਸ਼ਕਤੀ ਮੈਨੂੰ ਦਿੱਤੀ ਉਹਨੇ ਜੀਵਨ ਦੇ ਰੂਪ ਦੇ ਵਿੱਚ ਇਹ ਉਹਦੀ ਤੇ ਹੈ ਜਿਵੇਂ ਨੂੰ ਫੀਲ ਕਰ ਲਵਾਂ ਲਾਈਫ ਵਿਚ ਇਸ ਹੈਪਨਿੰਗ ਇਨਸਾਈਡ ਮੀ ਲਾਈਫ ਵਿਚ ਇਸ ਮੇਕਿੰਗ ਮੀ ਟੂ ਡੂ ਸਮਥਿੰਗ ਥੈਟ ਇਸ ਕਮਿੰਗ ਫਰਮ ਦ ਸੋਰਸ ਆਫ ਰੀਅਲ ਐਚਚੁਅਲੀ ਉਹ ਜਿਹੜੀ ਜਿਹਨੂੰ ਕਿਹਾ ਜਾਇਆ ਗਿਆ ਕਿ ਇੱਕ ਕਿ ਯੂਨੀਵਰਸਲ ਡਿਵਾਈਨ ਲਾਈਟ ਜਿਹੜੀ ਹੈਗੀ ਜੋਤ ਹੈ ਉਹ ਸਾਨੂੰ ਬਖਸ਼ ਰਹੀ ਹੈ ਸਾਰਾ ਕੁਝ ਸੋ ਗੁਰੂ ਬਾਬਾ ਜੀ ਨੇ ਕਿਹਾ ਇਹ ਉਹਦਾ ਪ੍ਰਸਾਦ ਆ ਇਹ ਉਹਦੀ ਨਵਾਜਿਸ਼ ਆ ਜੇ ਇਹੋ ਜੀ ਸਟੇਟ ਆਫ ਮਾਈਂਡ ਬੰਦਾ ਅਰਨ ਕਰ ਲਵੇ ਤੇ ਜਿਵੇਂ ਅਸੀਂ ਕੈਨੇਡੀਅਨ ਕਲਚਰਸ ਅਸੀਂ ਥੈਂਕਸ giving ਨੂੰ सेलिब्रेशन ਦੇਖ ਰਹੇ ਹੈਗੇ ਆ ਤੇ ਆਪੋ ਆਪਣੀਆਂ ਲੋਕਾਂ ਦੀ ਐਕਸਪਲੇਨੇਸ਼ਨਸ ਨੇ ਜੇ ਤੁਸੀਂ ਮੇਰੇ ਤੋਂ ਪੁੱਛਦੇ ਹੋ ਤੇ ਬੜਾ ਐਕਚੁਅਲੀ ਨਾਈਸ اور ਬੜਾ ਫੈਬਲਸ ਡੇ ਐਂਡ ਸਮ ਕਾਈਂਡ ਆਫ ਆਈਡੀਆ ਸਮਨ ਐਕਚੁਅਲੀ ਹੈਜ਼ ਸਟਾਰਟਡ ਇਟ ਵਿਦ ਵਿਦ ਥਿਸ ਡੇ ਕਿਸੇ ਨੇ ਇਸ ਤਰੀਕੇ ਨਾਲ ਸ਼ੁਰੂ ਕੀਤਾ ਆ ਉਹਦਾ ਵੱਡਾ ਰੀਜ਼ਨ ਨੇ ਹੈਗਾ ਕਿ ਬੰਦੇ ਦੇ ਵਿੱਚ ਗ੍ਰੇਟਫੁਲਨੈਸ ਟੂ ਸ਼ੋ ਸਮ ਕਾਈਂਡ ਆਫ ਗ੍ਰੈਟੀਟਿਊਡ ਇਹ ਹੋਣਾ ਚਾਹੀਦਾ ਧੰਨਵਾਦਤਾ ਜਿਹੜੀ ਇਹ ਬੜੀ ਜ਼ਰੂਰੀ ਚੀਜ਼ ਹੈ ਮੈਂ ਸਵੇਰੇ ਵੀ ਬੇਨਤੀ ਕਰ ਰਿਹਾ ਸੀਗਾ ਕਿ ਆ ਸਾਡੇ ਕੋਲ ਦੋ ਚੀਜ਼ਾਂ ਨੇ ਆਈਦਰ ਵੀ ਕੈਨ ਸੇ ਸ਼ੁਕਰ ਜਾਂ ਤੇ ਸੇ ਥੈਂਕਸ ਕਰ ਸਕਦੇ ਆ ਸ਼ੁਕਰ ਸ਼ੁਕਰ ਕਰ ਸਕਦੇ ਆ ਜਾਂ ਜਾਂ ਸੇ ਫਿਕਰ ਕਰ ਸਕਦੇ ਆ ਚਿੰਤਾ ਆਈਦਰ ਸ਼ੁਕਰ ਕਰ ਲੈ ਜਾਂ ਫਿਕਰ ਕਰ ਲੈ ਇਟਸ ਅਪ ਟੂ ਯੂ ਫਿਕਰ ਕਰੇਗਾ ਚਿੰਤਾਵਾਂ ਕਰੇਗਾ ਕਿਉਂਕਿ ਜਿਹੜਾ ਬੰਦਾ ਫਿਕਰ ਚ ਹੋਏਗਾ ਉਹਨੂੰ ਥੈਂਕਸ ਕਰਨਾ ਨਹੀਂ ਸੋਚਦਾ ਇੱਕ ਚੀਜ਼ ਪੂਰੀ ਉਹਨੂੰ ਦੂਜੀ ਦਾ ਫਿਕਰ ਪੈ ਗਿਆ ਦੂਜੀ ਪੂਰੀ ਤੀਜੀ ਓਏ ਭੁੱਲ ਗਿਆ ਜੋ ਹੋਇਆ ਉਹਨੂੰ ਤੇ ਮੈਂ ਪਹਿਲਾਂ ਜਿਹੜਾ ਹੈਗਾ ਐਟ ਲਿਸਟ ਰਿਕਗਨਾਈਜ਼ ਕਰਾਂ ਉਹਨੂੰ ਤੇ ਐਡਮਾਇਰ ਕਰਾਂ ਉਹਨੂੰ ਤੇ ਧੰਨਵਾਦ ਕਰਾਂ ਉਹਦੇ ਲਈ ਤੇ ਮੈਂ ਥੈਂਕਫੁਲ ਹਾਂ ਇਹ ਜਿਹੜਾ ਪਾਜ਼ ਲੈਣਾ ਆ ਜ਼ਿੰਦਗੀ 'ਚ ਬਹੁਤ ਜ਼ਰੂਰੀ ਹੈ ਨਹੀਂ ਤੇ ਇੱਕ ਰੇਸ ਆ ਜਿਹੜੀ ਕਦੀ ਨਹੀਂ ਮੁੱਕਣੀ ਇਹ ਜੀਵਨ ਮੁੱਕ ਜਾਏਗਾ ਬੰਦਾ ਭੱਜੀ ਜਾਏਗਾ ਭੱਜੀ ਜਾਏਗਾ ਇਹ ਪਤਾ ਹੀ ਨਹੀਂ ਮੈਂ ਕਰਨਾ ਕੀ ਹੈ ਵਾਟ ਐਵਰ ਵੀ ਹੈਵ ਵੀ ਸ਼ੁੱਡ ਬੀ ਥੈਂਕਫੁਲ ਥੈਂਕਫੁਲ ਫਾਰ ਐਵਰੀਥਿੰਗ ਐਂਡ ਥੈਂਕਫੁਲ ਟੂਵਰਡ ਵਾਹਿਗੁਰੂ ਜੀ ਜਿਨੇ ਸਭ ਕੁਝ ਬਲੈਸ ਕੀਤਾ ਦਿੱਤਾ ਨਵਾਜਿਆ ਸੋ ਇਹ ਗੁਰ ਪ੍ਰਸਾਦ ਆ ਸਾਨੂੰ ਇਸੇ ਕਰਕੇ ਸਿਖਾਇਆ ਗਿਆ ਸੀ ਗੁਰਦੁਆਰਾ ਸਾਹਿਬ ਆਏ ਯੂ نو ਅੱਜ ਤੇ ਮਤਲਬ ਬੜੇ ਅਸੀਂ ਸਾਡੇ ਕੋਲ ਅਨੇਕਾਂ ਤਰ੍ਹਾਂ ਦੇ ਸੋਰਸ ਨੇ ਖਾਣ ਪੀਣ ਰਹਿਣ ਸਹਿਣ ਸਭ ਚੀਜ਼ਾਂ ਦੇ ਤੇ ਗੁਰਦੁਆਰਾ ਸਾਹਿਬ ਆਏ ਤੇ ਗੁਰਦੁਆਰਾ ਸਾਹਿਬ ਆ ਕੇ ਤੁਸੀਂ ਦੋਨੋਂ ਹੱਥ ਜੋੜੇ ਇਸ ਤਰੀਕੇ ਦੇ ਨਾਲ ਤੇ ਅੱਗੋਂ ਕੜਾ ਪ੍ਰਸ਼ਾਦ ਦੇ ਸਰੂਪ ਵਿੱਚ ਮਿਲਿਆ ਤੇ ਲੋਕ ਇਸ ਤੇ ਕਰ ਮੱਥੇ ਨੂੰ ਲਾਉਂਦੇ ਸ਼ੁਕਰ ਹੈ ਪ੍ਰਸਾਦ ਬਲੇਸਿੰਗ ਬਖਸ਼ਿਸ਼ ਆ ਇਹ ਪ੍ਰਸਾਦ ਆ ਇਹ ਨਵਾਜਿਸ਼ ਆ ਉਹਦੀ ਤੇ ਬੰਦਾ ਕਹੇ ਦਾਤਾ ਜਿੰਨਾ ਤੋਂ ਮਿੱਠਾ ਪ੍ਰਸਾਦ ਦਿੱਤਾ ਜਿੰਨੀ ਮਿੱਠੀ ਆਸੀਸ ਬਖਸ਼ਿਸ਼ ਦਿੱਤੀ ਏ ਮੈਨੂੰ ਦਾਤਾ ਨਵਾਜਿਸ਼ ਕਰੇ ਅਕਲ ਵੀ ਇੰਨੀ ਮਿੱਠੀ ਲੱਗੇ ਸੋਜੀ ਵੀ ਇੰਨੀ ਮਿੱਠੀ ਲੱਗੇ ਬੰਦੇ ਦੀ ਕਈ ਵਾਰ ਸਮੱਸਿਆ ਹੁੰਦੀ ਏ ਕਿ ਕੋਈ ਅਕਲ ਦੀ ਗੱਲ ਦੱਸੇ ਤੇ ਬੰਦਾ ਲੜ ਪੈਂਦਾ ਆਉ ਕਮ ਤੇ ਕਈ ਵਾਰ ਮਿਲ ਰਹੀ ਹੁੰਦੀ ਏ ਸੋਜੀ ਕਈ ਵਾਰੀ ਸਿਚੁਏਸ਼ਨ ਦੇ ਰਹੀ ਹੁੰਦੀ ਏ ਕਈ ਵਾਰੀ ਸਾਡੇ ਪਰਿਵਾਰ ਸਮਾਜ ਲੋਕ ਆਲਾ ਦਵਾਲਾ ਦੇ ਰਿਆ ਹੁੰਦਾ ਅਸੀਂ ਲੈ ਨਹੀਂ ਰਹੇ ਹੁੰਦੇ ਕਿਉਂਕਿ ਕਿਸੇ ਨੂੰ ਪ੍ਰਸਾਦ ਮੰਨਦੇ ਹੀ ਨਹੀਂ ਕੋਈ ਸਾਨੂੰ ਟੋਕ ਦੇ ਵੀ ਤੁਸੀਂ ਐਵੇਂ ਨਾ ਖੜੋ ਐਵੇਂ ਖੜੋ ਸਾਨੂੰ ਲੱਗਦਾ ਮੇਰੀ ਈਗੋ ਹਰਟ ਕਰਤੀ ਹਾਊ ਕਮ ਇਹ ਕਿਵੇਂ ਹੋ ਗਿਆ ਉਹ ਭਲੇ ਬੰਦੇ ਸਿੱਖ ਬਣਾ ਸਿੱਖ ਚੀਜ਼ਾਂ ਨੂੰ ਪ੍ਰਸਾਦ ਸਮਝ ਇਹ ਸਿੱਖਣਾ ਸਿਖਾਣਾ ਹੀ ਜੀਵਨ ਦੇ ਵਿੱਚ ਹੈ ਇੱਕ ਲੈਵਲ ਤੇ ਸਿੱਖਣਾ ਦੂਜੇ ਲੈਵਲ ਤੇ ਸਿਖਾਣਾ ਇਹੀ ਸੰਸਾਰ ਚ ਕਰਨਾ ਹੈ ਹੋਰ ਕਰਨਾ ਕੀ ਹੈ ਅਸੀਂ ਗੁਰੂ ਮਹਾਰਾਜ ਨੇ ਬਿਆਨ ਕੀਤਾ ਸਭ ਕਹਿੰਦੇ ਜਦੋਂ ਗੁਰ ਪ੍ਰਸਾਦੀ ਸੱਚਾ ਹਰ ਪਾਏ ਜਦੋਂ ਸਹੀ ਰੀਅਲ ਜਿਹੜਾ ਅਸਲ ਰਹਿਣ ਗੋਚਰੇ ਹਰੀ ਉਹਨੂੰ ਪ੍ਰਾਪਤ ਕੀਤਾ ਐਸਾ ਪ੍ਰਸਾਦ ਮਿਲਿਆ ਅਕਾਲ ਪੁਰਖ ਵਾਹਿਗੁਰੂ ਦੀ ਹੋਂਦ ਰੀਅਲ ਹੋ ਗਈ ਸੱਚ ਹੋ ਗਈ ਮੈਨੂੰ ਪਤਾ ਲੱਗਾ ਉਹ ਕਾਇਮ ਦਾਇਮ ਹੈ ਮੇਰੇ ਅੰਗ ਸੰਗ ਹੈ ਮਨ ਤਨ ਵਿਖੇ ਹਉਮੈ ਮੈਲ ਜਾਏ ਮਨ ਕਰਕੇ ਤਨ ਕਰਕੇ ਉਹਨੂੰ ਵੇਖਣਾ ਸ਼ੁਰੂ ਕਰਤਾ ਹਉਮੈ ਮੈਲ ਜਾਏ ਹੰਕਾਰ ਦੀ ਮੈਲ ਉਤਰਨੀ ਸ਼ੁਰੂ ਹੋ ਗਈ ਅਹੰਗ ਬਿਰਤੀ ਜਿਹੜੀ ਪੈਰ ਪੈਰ ਤੇ ਤੰਗ ਕਰ ਰਹੀ ਹੈ ਸਾਨੂੰ ਮਾੜੀ ਮਾੜੀ ਗੱਲ ਤੇ ਮੇਰਾ ਜਿਹੜਾ ਹੈਗਾ ਫੇਕ ਪ੍ਰਾਈਡ ਮੇਰੇ ਅੰਦਰ ਆ ਰਿਹਾ ਚੀਜ਼ਾਂ ਦੇ ਬਾਬਤ ਜੇ ਮੈਂ ਹੁਣ ਕਿਰਿਆ ਸੀਗਾ ਕਿ ਸ਼ੁਕਰ ਕਰਨਾ ਕੋਈ ਵੀ ਚੀਜ਼ ਅਸੀਂ ਕੈਨੇਡਾ ਚ ਬੈਠੇ ਆ ਇਸ ਕਲਚਰ ਚ ਬਹੁਤ ਕੁਝ ਇੰਜੋਏ ਕਰ ਰਹੇ ਆ ਬੜਾ ਕੁਝ ਮਾਨ ਰਹੇ ਆ ਇਸ ਐਨਵਾਇਰਨਮੈਂਟ ਦੇ ਵਿੱਚ ਇਹ ਸਭ ਨੂੰ ਪ੍ਰਾਪਤ ਕਰਦੇ ਆ ਹੋਇਆ ਸ਼ੁਕਰਗੁਜ਼ਾਰ ਹੋਣਾ ਅਕਾਲ ਪੁਰਖ ਵਾਹਿਗੁਰੂ ਦਾ ਦਾਤੇ ਦਾ ਧੰਨਵਾਦ ਕਰਨਾ ਫਿਰ ਇਕੱਲਾ ਉਸ ਨੂੰ ਲਫ਼ਜ਼ਾਂ ਵਿੱਚ ਨਹੀਂ ਫਿਰ ਸਿਸਟਮ ਦੇ ਵਿੱਚ ਇੱਥੇ ਵਲੰਟੀਅਰ ਵਰਕ ਕਰਨਾ ਡੋਨੇਟ ਕਰਨਾ ਸਿਸਟਮ ਨੂੰ ਪ੍ਰੋਪਰ ਫਾਲੋ ਕਰਨਾ ਅਦਰਵਾਈਜ਼ ਉਹੋ ਜੇ ਮਾਲਕ ਵਿੱਚ ਉਹ ਜਿੱਥੇਸੀਂ ਬਹੁਤੇ ਆਏ ਆ ਤੁਸੀਂ ਹਾਲ ਹਾਲਾਤ ਦੇਖੇ ਨੇ ਸਾਰੇ ਜਿਹੜਾ ਉਸ ਰੂਪ ਦੇ ਵਿੱਚ ਭੁੱਲਿਆ ਕਿਸੇ ਨੂੰ ਕਿ ਕਿਸ ਕਿਸ ਤਰੀਕੇ ਦਾ ਜੀਵਨ ਆਪਨ ਤੇ ਕਿਹੋ ਜੀਆਂ ਚੀਜ਼ਾਂ ਅਸੀਂ ਸਭ ਵੇਖ ਐਕਸਪੀਰੀਅੰਸ ਕੀਤੀਆਂ ਨੇ ਗੁਰੂ ਮਹਾਰਾਜ ਨੇ ਕਿਹਾ ਮਨ ਤਨ ਵਿਖੇ ਹਉਮੈ ਮੈਲ ਜਾਏ ਬੰਦਾ ਐਗਜ਼ੈਕਟਲੀ ਇਹਨੇ ਆਪਣੇ ਅੰਦਰ ਵੇਖ ਲਵੇ ਅੰਦਰ ਝਾਤ ਮਾਰ ਕੇ ਹਉਮੈ ਮੈਲ ਕਿਤੇ ਵੀ ਹੰਕਾਰ ਨਾਲ ਲਬਰੇਜ਼ ਹੋ ਕੇ ਅਹੰਗ ਬਿਰਤੀ ਤੰਗ ਕਰ ਰਹੀ ਹੋਏ ਉਹਦੀ ਮੈਲ ਉਹਨੂੰ ਮੈਲ ਦੀ ਤਰ੍ਹਾਂ ਧੋ ਦੇ ਉਹਨੂੰ ਕਹਿਣੋ ਜਿੱਥੇ ਕਿਤੇ ਮੈਨੂੰ ਇਹੋ ਜੀ ਸੋਚ ਆ ਰਹੀ ਹੈ ਇਹੋ ਜੇ ਥਾਟਸ ਆ ਰਹੇ ਨੇ ਜਿਹੜੇ ਮੈਨੂੰ ਸੱਚ ਤੋਂ ਤੋੜ ਰਹੇ ਨੇ ਰੱਬ ਤੋਂ ਤੋੜ ਰਹੇ ਨੇ ਰੱਬ ਦੇ ਬਣਾਏ ਬੰਦਿਆਂ ਤੋਂ ਤੋੜ ਰਹੇ ਨੇ ਜੋ ਕੁਝ ਉਹਨੇ ਮੇਰੀਆਂ ਡਿਊਟੀਆਂ ਲਾਈਆਂ ਨੇ ਮੈਂ ਉਹਨਾਂ ਨੂੰ ਫੁੱਲਫਿਲ ਨਹੀਂ ਕਰ ਪਾ ਰਿਆ ਉਹ ਹਮੇ ਮੈਲ ਨੂੰ ਉਤਾਰ ਉਹਦੇ ਉੱਤੇ ਧਿਆਨ ਦੇ ਅਗਲਾ ਬਚਨ ਲਿਖਿਆ ਸ ਹੈਬ ਮਹਾਰਾਜ ਜੀ ਨੇ ਕਹਿਣ ਲੱਗੇ ਕਿ ਬੈਸ ਸੁਥਾਨ ਸਦ ਹਰ ਗੁਣ ਗਾਵੈ ਸੱਚਾ ਸ਼ਬਦ ਸਭਾਵਣਿਆ ਬੈਸ ਸੁਥਾਨ ਚੰਗੀ ਜਗ੍ਹਾ ਤੇ ਬੈਠਣਾ ਲਾਈਫ ਇਸ ਕਾਈਂਡ ਆਫ ਐ ਐਕਚੁਅਲੀ ਵੀ ਹੈਵ ਟਾਈਮ ਤੇ ਟਾਈਮ ਜਿਹੜਾ ਆ ਅਸੀਂ ਇਨਵੈਸਟ ਕਰਦੇ ਆ ਆਪ ਗੁਰਦੁਆਰਾ ਸਾਹਿਬ ਬੈਠੇ ਹੋ ਟਾਈਮ ਇਨਵੈਸਟ ਕਰ ਰਹੇ ਹੋ ਆਪਣਾ ਟਾਈਮ ਪ੍ਰਿੰਸੀਪਲ ਹੈ ਨਾ ਇਹ ਕੀ ਹੈ ਇਹ ਜਿੱਥੇ ਤੁਸੀਂ ਲਗਾਓਗੇ ਉੱਥੇ ਰਿਜ਼ਲਟ ਆਉਣਗੇ ਹੁਣ ਟਾਈਮ ਕਿਵੇਂ ਸੁਥਾਨ ਕਿਸ ਜਗ੍ਹਾ ਤੇ ਤੁਸੀਂ ਸਪੈਂਡ ਕਰਨਾ ਆ ਕਿਸ ਜਗ੍ਹਾ ਤੇ ਬੈਠਣਾ ਆ ਇਥੋਂ ਸੰਗਤ ਡਿਵੈਲਪ ਹੁੰਦੀ ਆ ਜੇ ਬੰਦਾ ਕਹਿੰਦਾ ਮੈਂ ਆਪਣੇ ਆਪ ਨੂੰ ਬਦਲਣਾ ਠੀਕ ਆ ਭਾਈ ਆਪਣੇ ਬਹਿਣ ਉੱਠਣ ਦੀਆਂ ਜਗ੍ਹਾ ਬਦਲਦੇ ਵੈਰੀ ਸਿੰਪਲ ਗੁਰਗਨ ਸਾਹਿਬ ਦਾ ਬਚਨ ਹੈ ਸੱਤੀ ਪਹਿਰੀ ਸਤਿ ਭਲਾ ਬਹੀਆ ਪੜਿਆਂ ਪਾਸ ਇੱਕ ਚੀਜ਼ ਪੱਕੀ ਚੇਤੇ ਰੱਖ ਮਾੜੀ ਬੈਠਕ ਨਹੀਂ ਬੈਠਣਾ ਮਾੜੀ ਸੰਗਤ ਨਹੀਂ ਬੈਠਣਾ ਅੱਜਕੱਲ ਜਿਹਨੂੰ ਅਸੀਂ ਵੱਖਰੇ ਵੱਖਰੇ ਨਿਜ਼ਾਮ ਦੇ ਵਿੱਚ ਵੱਖਰੇ ਵੱਖਰੇ ਨਾਂ ਦੇ ਦਿੱਤੇ ਨੇ ਜਿਵੇਂ ਨਸ਼ੇ ਛੁਡਾਉਣ ਵਾਸਤੇ ਲੋਕੀ ਰੀਹੈਬਿਲੀਟੇਸ਼ਨ ਦੀ ਗੱਲ ਕਰਦੇ ਨੇ ਰੀਹੈਬ ਲੈ ਕੇ ਜਾਓ ਇਸ ਨੂੰ ਡਿਫਰੈਂਟ এনवायरमेंट ਦੇ ਵੱਖਰੀ ਥਾਂ ਤੇ ਰੱਖੋ ਇਹਨੂੰ ਲੋਕੀ ਕਹਿੰਦੇ ਆਲਾ ਦਵਾਲਾ ਬਦਲੋ ਆਪਣਾ ਆਪਣਾ ਮਾਹੌਲ ਬਦਲੋ ਇਸ ਚੀਜ਼ਾਂ ਦੇ ਰੂਪ ਦੇ ਵਿੱਚ ਜਿਸ ਸਥਾਨ ਤੇ ਬਹੋਗੇ ਉਸ ਸਥਾਨ ਦਾ ਪ੍ਰਭਾਵ ਤੁਹਾਡੇ ਤੇ ਪੈਣਾ ਸ਼ੁਰੂ ਹੋ ਜਾਏਗਾ ਤੇ ਲਿਟਰਲੀ ਚੀਜ਼ ਆ ਜਿਵੇਂ ਦਾ ਬੰਦਾ ਯਾਪਨ ਕਰਦਾ ਜਿਵੇਂ ਦਾ ਅਹਿਸਾਸ ਕਰਦਾ ਆ ਉਹੋ ਜੀਆਂ ਚੀਜ਼ਾਂ ਬੰਦੇ ਦੇ ਜੀਵਨ ਚ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਗੁਰੂ ਸਾਹਿਬ ਕਹਿੰਦੇ ਬੈਸ ਸੁਥਾਨ ਚੰਗੀ ਥਾਂ ਤੇ ਬੈ ਸਦ ਹਰਗੁਣ ਗਾਵੇ ਜਿੱਥੇ ਸਦਾ ਹਰੀ ਦਾ ਗੁਣਗਾਨ ਹੋ ਰਿਹਾ ਹੋ ਜਿੱਥੇ ਹਮੇਸ਼ਾ ਅਕਾਲ ਪੁਰਖ ਵਹਿਗੁਰੂ ਦੀ ਸਤਿਤੀ ਹੁੰਦੀ ਹੋਵੇ ਸਾਡਾ ਸਿੱਖਾਂ ਦਾ ਮਰਕਜ਼ੀ ਸਥਾਨ ਹੈ ਹਰਮੰਦਰ ਸਾਹਿਬ ਦਰਬਾਰ ਸਾਹਿਬ ਤੇ ਦਰਬਾਰ ਸਾਹਿਬ ਜਾਓਗੇ ਤੁਸੀਂ ਜਿਸਮਰਤੁ ਕੁਮਰ ਜੀ ਜਾਓਗੇ ਉਹਦੇ ਗੁੰਬਦਾਂ ਚ ਕੋ ਆਵਾਜ਼ ਆ ਰਹੀ ਹੈ ਬਾਣੀ 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 ਦੈਟਸ ਇਟ ਐਕਚੁਅਲ ਲੈਵਲ ਤੇ ਬਾਣੀ ਕਹਿੰਦੀ ਹੈ ਸਾਨੂੰ ਗੁਰਗੰਸਾ ਦੀ ਬਾਣੀ ਦੱਸਦੀ ਹੈ ਹਰ ਮੰਦਰ ਇਹ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਏ ਉਹ ਹਰ ਮੰਦਰ ਇੱਕ ਸਿੰਬੋਲਿਕ ਰੂਪ ਵਿਚ ਆ ਰਿਹਾ ਹੈ ਉਹਦੀ ਸਿਗਨੀਫਿਕੇਸ਼ਨ ਇਹ ਹੈ ਇਹਨੂੰ ਹਰ ਮੰਦਰ ਬਣਾਉਣਾ ਜਿਵੇਂ ਉਹਦੇ ਚੋ ਹਰ ਵਕਤ ਬਾਣੀ 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 ਹੋ ਰਹੀ ਹੈ ਤੇਰੇ ਅੰਦਰ ਵੀ ਚੀਜ਼ ਹੋਏ ਸਮ ਟਾਈਮ ਪੀਪਲ ਸੇ ਪਾਈ ਸਾਹਿਬ ਡੋਨਟ ਯੂ ਥਿੰਕ ਇਟਸ ਵੈਰੀ ਅਮ ਕਾਈਂਡ ਆਫ ਜਿਹੜੀ ਕਿਨ ਜਿਹਨੂੰ ਕਹਿਆ ਬੜੀ ਰੂੜੀਵਾਦੀ ਪੜੀ ਏ ਆਰਥੋਡਾਕਸੀ ਦੀ ਗੱਲ ਲੱਗਦੀ ਹੈ ਪੁਰਾਣੇ ਟ੍ਰੈਡੀਸ਼ਨਲ ਵੇ ਦੇ ਨਾਲ ਕੁਝ ਵੀ ਆਰਥੋਡਾਕਸੀ ਨਹੀਂ ਹੈਗਾ ਹਾਂ ਅਸੀਂ ਉਹਨੂੰ ਅੰਡਰਸਟੈਂਡ ਨਾ ਕਰੀਏ ਇਹ ਵੱਖਰੀ ਗੱਲ ਹੈ ਅਦਰਵਾਈਜ਼ ਮਾਡਰਨ ਐਕਸਰਸਾਈਜ਼ ਤੁਸੀਂ ਦੇਖ ਲਵੋ ਅੱਜ ਸੀਬੀਟੀ ਦੇ ਵਿੱਚ ਕਾਗਨੀਸ਼ਨ ਬਿਹੇਵੀਅਰ ਥੈਰੇਪੀ ਦੇ ਵਿੱਚ ਜਦੋਂ ਬੰਦਾ ਕੁਝ ਲੋਕੀ ਨਾ ਸੁਸਾਇਡਲ ਹੋ ਜਾਂਦੇ ਨੇ ਕੁਝ ਲੋਕੀ ਹਰ ਵਕਤ ਮਾੜਾ ਹੀ ਸੋਚੀ ਜਾਂਦੇ ਨੇ ਉਹਨਾਂ ਵਾਸਤੇ ਥੈਰੇਪੀ ਬੜੀ ਕੰਮ ਕਰਦੀ ਹੈ ਉਹਨਾਂ ਨੇ ਦੱਸਿਆ ਜਾਂਦਾ ਚੰਗਾ ਸੋਚੋ ਚੰਗਾ ਹੋਏਗਾ ਬੰਦਾ ਕਹਿੰਦਾ ਤਾਂ ਮੈਨੂੰ ਵੀ ਪਤਾ ਹੈ ਚੰਗਾ ਸੋਚੋ ਚੰਗਾ ਹੋਏਗਾ ਬਟ ਪਲੀਜ਼ ਹੈਲਪ ਮੀ ਹਾਊ ਟੂ ਥਿੰਕ ਪੋਜ਼ਿਟਿਵ ਥੈਟ ਇਜ਼ ਮਾਈ ਐਚਚਲੀ ਮੇਨ ਕਨਸਰਨ ਹਾਂ ਭਾਈ ਉਹਦੇ ਲਈ ਇਹ ਹੈ ਚੰਗਾ ਕੰਨਾ ਚ ਪਾ ਚੰਗਾ ਪੜ ਚੰਗੀਆਂ ਥਾਂ ਤੇ ਬੈਠ ਚੰਗੀਆਂ ਗੱਲਾਂ ਕਰ ਇਹੀ ਹੈ ਸਵੇਰੇ ਉੱਠੇ ਉੱਠ ਕੇ ਬਾਣੀ ਪੜੀ ਸ਼ੁਕਰ ਦਾ ਭਾਵ ਆਇਆ ਅਹਿਸਾਸ ਆਇਆ आई शुड बी वेरी थैंकफुल टू वडवाहि गुरु जी ਉਸ ਤੋਂ ਬਾਅਦ ਕਿਤੇ ਬੰਦਾ ਗਿਆ ਤੁਰਿਆ ਬਹੁਤ ਕੁਝ ਵੇਖ ਰਿਹਾ ਬੜਾ ਕੁਝ ਆਬਜ਼ਰਵ ਕਰ ਰਿਹਾ ਆਬਜ਼ਰਵ ਕਰਨ ਤੋਂ ਬਾਅਦ ਉਹਨੂੰ ਪ੍ਰੋਸੈਸ ਕਰਦਾ ਸਾਰੇ ਨੂੰ ਪ੍ਰੋਸੈਸ ਕਿਸ ਡਾਇਰੈਕਸ਼ਨ ਚ ਕਰੇਗਾ ਜਦ ਬੀਤੇ ਕੱਲ ਹੀ ਆਪਾਂ ਗੱਲ ਕਰ ਰਹੇ ਸੀਗੇ ਜਦ ਤੁਸੀਂ ਚੀਜ਼ਾਂ ਨੂੰ ਪਰਸੀਵ ਕਰਦੇ ਆ ਪੰਜ ਡਿਫਰੈਂਟ ਡਿਫਰੈਂਟ ਲੈਵਲ ਨੇ ਫਿਰ ਅਗਾ ਉਹਦੀਆਂ ਡਾਈਮੈਂਸ਼ਨ ਨੇ ਡਿਫਰੈਂਟ ਡਿਫਰੈਂਟ ਵੇ ਦੇ ਨਾਲ ਮਾਡਰਨ ਸਾਇੰਸ ਵਿੱਚ ਸਾਰੀਆਂ ਐਕਸਪਲੇਨ ਕੀਤੀਆਂ ਜਾਂਦੀਆਂ ਐ ਐਕਚੁਅਲ ਲੈਵਲ ਤੇ ਇੱਕੋ ਹੀ ਚੀਜ਼ ਐ ਸਪੋਜ਼ ਜੋ ਕੁਝ ਬੰਦਾ ਵੇਖਦਾ ਆਲੇ ਦੁਆਲੇ ਜੇ ਗੁਰੂ ਵਾਲਾ ਅੰਦਰ ਸਾਰ ਤਤ ਹੈ ਕੁਝ ਮੈਂ ਤੁਹਾਨੂੰ ਸਿਚੁਏਸ਼ਨ ਵਿਖਾ ਦਿੰਨਾ ਸਿਚੁਏਸ਼ਨ ਇਹ ਕਿ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕੀਤਾ ਜਾ ਰਿਹਾ ਜੇ ਸਿੰਪਲ ਵੇ ਨਾਲ ਵੇਖੋਗੇ ਤਾਂ ਗੁਰੂ ਅਰਜਨ ਸਾਹਿਬ ਦਾ ਕਸੂਰ ਕੀ ਹੈ ਜੇ ਲਿਟਰਲੀ ਤੌਰ ਤੇ ਦੇਖੋ ਗੁਰੂ ਅਰਜਨ ਸਾਹਿਬ ਹੀ ਡਿਡਨ ਡੂ ਐਨੀ ਕਾਈਂਡ ਆਫ ਕ੍ਰਾਈਮ ਐਨੀ ਕਾਈਂਡ ਆਫ ਐਕਚੁਅਲੀ ਫਾਲਟ ਬਟ ਸਟਿਲ ਸਟੈਬਲਿਸ਼ਮੈਂਟ ਲਾਈਕ ਨਹੀਂ ਕਰਦੀ ਕਿਉਂਕਿ ਲੋਕਾਂ ਵਾਸਤੇ ਲੋਕ ਅਵੇਅਰਨੈਸ ਕ੍ਰੀਏਟ ਹੋ ਰਹੀ ਹੈ ਮੁਹਾਜਕ ਵਿਢਿਆ ਜਾ ਰਿਹਾ ਸੱਚ ਦਾ ਤੇ ਸੱਚਾਈਾਰਤਾ ਦਾ ਗੁਰੂ ਅਰਜਨ ਸਾਹਿਬ ਨੂੰ ਸ਼ਹਾਦਤ ਤੇ ਲਿਆ ਜਾ ਰਿਹਾ ਹੁਣ ਗੁਰੂ ਅਰਜਨ ਸਾਹਿਬ ਜਿਹਨੂੰ ਪਰਸੀਵ ਕਰਦੇ ਹੁਣ ਸਿੰਪਲ ਕਰਦਾ ਮੈਂ ਤੁਸੀਂ ਕੋਈ ਚੰਗਾ ਕੰਮ ਕਰਦੇ ਹੋ ਉਹਦੀ ਉਹਦਾ ਉਸ ਕਿਸਮ ਦਾ ਆਊਟਕਮ ਨਹੀਂ ਆਉਂਦਾ ਤੁਹਾਨੂੰ ਉਹੋ ਜਿਹਾ ਬੈਨੀਫਿਟ ਨਹੀਂ ਮਿਲਦਾ ਤੁਹਾਨੂੰ ਪ੍ਰੇਜ਼ ਨਹੀਂ ਮਿਲਦੀ ਤੁਹਾਨੂੰ ਉਸ ਕਿਸਮ ਦੇ ਨਾਲ ਜੋ ਤੁਸੀਂ ਚਾਹ ਰਹੇ ਸੀਗੇ ਕਿ ਕਿ ਮੈਂ ਚੰਗਾ ਕੰਮ ਕੀਤਾ ਤੇ ਹੁਣ ਚੰਗਾ ਕੰਮ ਕਰਨ ਤੋਂ ਬਾਅਦ ਯੂ نو ਪੀਪਲ ਗੋਣਾ ਐਕਚੁਅਲੀ ਪ੍ਰੇਜ਼ ਮੀ ਦੇ ਗੋਣਾ ਸ਼ਾਊਟ ਮਾਈ ਨੇਮ ਆਊਟ ਲਾਊਡ ਦੇ ਗੋਣਾ ਸੇ ਵਾਓ ਯੂਰ ਐਕਚੁਅਲੀ ਜਿਹੜਾ ਹਗਾ ਮੈਨੂੰ ਹੇਲ ਕੀਤਾ ਜਾਏਗਾ ਜੈ ਜੈਕਾਰ ਕੀਤੀ ਜਾਏਗੀ ਹੋਇਆ ਕੀ ਹੋਇਆ ਇਹ ਲੋਕੀ ਮੇਰੀ ਅਸੈਸੀਨੇਸ਼ਨ ਤੇ ਕੰਮ ਕਰਨ ਲੱਗ ਗਏ ਚਲੋ ਫਿਜ਼ੀਕਲ ਨਹੀਂ ਕਰ ਸਕਦੇ ਕੈਰੈਕਟਰ ਹੀ ਕਰਨ ਲੱਗ ਗਏ ਕੈਰੈਕਟਰ ਅਸੈਸੀਨੇਸ਼ਨ ਆਇਤਾਮ ਚੀਜ਼ ਹੋ ਜਾਂਦੀ ਹੈ ਬੰਦਾ ਕਹੇਗਾ ਮੈਂ ਕਿਉਂ ਕਰਾਂਗਾ ਚੰਗਾ ਕੰਮ ਹੁਣ ਇਥੋਂ ਕੀ ਹੈ ਬੰਦੇ ਦੇ ਅੰਦਰ ਪਰਸੀਵ ਕਿਵੇਂ ਹੋਏਗੀ ਚੀਜ਼ ਪ੍ਰੋਸੈਸ ਕਿਵੇਂ ਹੋਏਗੀ ਬਿਲਕੁਲ ਡਿਫਰੈਂਟ ਲੈਵਲ ਤੇ ਉਹ ਕਹਨ ਲੱਗੇਗਾ ਮਰਨ ਜਾਣ ਲੋਕਾਂ ਮੈਂ ਤੇ ਬਿਲਕੁਲ ਇਸ ਪਾਸੇ ਜਾਣਾ ਹੀ ਨਹੀਂ ਇਹ ਤੇ ਬਿਲਕੁਲ ਗਲਤ ਗੱਲ ਹੈ ਦੁਨੀਆ ਹੀ ਮਾੜੀ ਹੈ ਇਹ ਸਭ ਕੂੜ ਕਬਾੜ ਹੀ ਆ ਜੀ ਗੁਰੂ ਅਰਜਨ ਸਾਹਿਬ ਨੂੰ ਦੇਖੋ ਕਿਵੇਂ ਪਰਸੀਵ ਕਰਦੇ ਨੇ ਜਦੋਂ ਇਹ ਸਭ ਚੀਜ਼ਾਂ ਹੋ ਰਹੀਆਂ ਨੇ ਤੇ ਸਾਈ ਮੀਆਂ ਮੀਰ ਦੀ ਹੋਰ ਤੇ ਕੋਈ ਪੇਸ਼ ਨਹੀਂ ਗਈ ਤੇ ਉਹਨੇ ਆ ਕੇ ਗੁਰੂ ਅਰਜਨ ਸਾਹਿਬ ਨੂੰ ਪੁੱਛਿਆ ਮਹਾਰਾਜ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹਾਂਗਾ ਵੀ ਹੁਣ ਦੱਸੋ ਅੰਦਰ ਕੀ ਚੱਲ ਰਿਹਾ ਹੈ ਬਸ that is my concern ਤੁਹਾਡੀ ਮੇਰੀ ਸਾਝ ਅੰਦਰ ਦੀ ਰਹੀ ਹੈ ਸਾਝ ਬਾਹਰ ਤੇ ਚਲੋ ਇੱਕ ਸਮਾ ਆ ਮੇਲਾ ਆ ਵੇਖ ਕੇ ਤੁਰ ਜਾਣਾ ਕਿਉਂਕਿ ਸਾਝ ਲੋਗਨ ਸੋ ਮੇਰਾ ਠਾਠਾ ਬਾਗਾ ਤੇ ਠਾਠਾ ਬਾਗਾ ਚਾਰ ਦਿਨਾਂ ਦਾ ਮੇਲਾ ਆ ਤੁਰ ਜਾਣਾ ਅੰਦਰ ਦੱਸੋ ਕੀ ਹੈ ਤੇ ਗੁਰੂ ਅਰਜਨ ਸਾਹਿਬ ਦੇ ਅਸੀਂ ਬਚਨੇ ਪੜਦੇ ਆ ਮਹਾਰਾਜ ਦਾ ਆਵਾਜ਼ਾ ਇਹ ਸੀਗਾ ਕਿ ਤੇਰਾ ਕੀਆ ਮੀਠਾ ਲੱਗਾ ਪਰਸੀਵ ਕਿਵੇਂ ਕਰ ਰਹੇ ਨੇ ਇਹ ਹੈ ਅੰਮ੍ਰਿਤ ਨਾਮ ਮਹਾਰਸ ਮੀਠਾ ਬੰਦਾ ਕਹੇਗਾ ਨਾ 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 ਇਹ ਤੇ ਜ਼ਹਿਰ ਹੈ ਕੋੜਾ ਆ ਇਹ ਤੁਹਾਡੇ ਪ੍ਰਸੀਵ ਕਰਨ ਤੇ ਖੜੀ ਚੀਜ਼ ਤੁਸੀਂ ਉਸ ਨੂੰ ਕਿਸ ਤਰੀਕੇ ਨਾਲ ਅੰਦਰ ਲੈ ਕੇ ਜਾ ਰਹੇ ਹੋ ਪ੍ਰੋਸੈਸ ਕਿਵੇਂ ਕਰ ਰਹੇ ਹੋ ਸਾਰੇ ਇਹ ਸਿਮਰਨ ਨਾਲ ਅੱਜ ਕਿਹਾ ਜਾ ਰਿਹਾ ਹੈ ਤੁਸੀਂ ਇਸ ਤਰੀਕੇ ਦੇ ਨਾਲ ਚੀਜ਼ਾਂ ਪੜ੍ਹੋ ਸਮਝੋ ਸੁਣੋ ਇਹੋ ਜੀ ਜਗ੍ਹਾ ਤੇ ਬੈਠੋ ਸੰਗਤ ਕਰੋ ਜਿੱਥੇ ਤੁਹਾਨੂੰ ਪ੍ਰਸੀਵ ਸਹੀ ਕਰਨਾ ਆ ਜਾਏ ਇਹ ਥੋੜਾ ਇੱਕ ਮੁਸ਼ਕਲ ਆ ਇਹ ਬੰਦਾ ਸੁਸਾਈਡ ਕਰਨ ਲਈ ਤਰਪੇ ਇਹ ਤੇ ਠੀਕ ਨਹੀਂ ਨਾ ਤੁਸੀਂ ਮਾੜਾ ਜਾਂ ਕੋਈ ਤਕਲੀਫ ਆਈ ਤੇ ਬੰਦਾ ਕਹ ਯੂ نو ਮੇਰੀ ਤੇ ਸਾਡੀ ਤੇ ਜੂਨ ਹੀ ਖਰਾਬ ਹੋ ਗਈ oh no way ਪਰ ਸੀਵ ਨਹੀਂ ਠੀਕ ਕੀਤਾ ਤੁਸੀਂ ਚੈਲੰਜਸ ਥਿਸ ਇਸ ਦਾ ਐਕਚੁਅਲੀ ਨਾਰਮਲ ਪਾਰਟ ਇਨ ਹਿਊਮਨ ਲਾਈਫ ਇਤੇ ਹਿਊਮਨਸ ਇਨ ਜ਼ਿੰਦਗੀ ਦੇ ਚਿਕ ਜਿਹੜਾ ਹੈਗਾ ਸਿੰਪਲਿਸ ਕ੍ਰਾਈਟੇਰੀਆ ਤੇ ਚੱਲੇਗਾ ਪਰ ਇਸ ਸਭ ਨੂੰ ਫਿਰ ਵੀ ਚੀਜ਼ ਹੈ ਮਾਫੀ ਮੰਗਾਗਾ ਮੈਂ ਅਸੀਂ ਕਈ ਵਾਰੀ ਬਾਣੀ ਨੂੰ ਪਰਸੀਵ ਨਹੀਂ ਸਹੀ ਕਰ ਰਹੇ ਆਲੇ ਦੁਆਲੇ ਨੂੰ ਪਰਸੀਵ ਸਹੀ ਕੀ ਕਰਾਂਗੇ ਕਿਉਂਕਿ ਆਲਰੈਡੀ ਸਕੂਲ ਆਫ ਥੋਟ ਮੈਨੂੰ ਪਹਿਲਾਂ ਦੇ ਤੱਕ ਕਿਸੇ ਨੇ ਉਹ ਫੁੱਲ ਵਿਦ ਸੁਪਰਫਿਸ਼ੀਅਲ ਅੰਡਰਸਟੈਂਡਿੰਗ ਹੈ ਫੁੱਲ ਵਿਦ ਸੁਪਰਸਟੀਸ਼ੀਅਸ ਪ੍ਰੈਕਟਿਸਿਸ ਹੈਗਾ ਆਦਨ ਮੈਂ ਉਸੇ ਚੀਜ਼ ਤੇ ਲੱਗ ਗਿਆ ਫਿਰ ਮੈਨੂੰ ਲੱਗਾ ਕਿ ਉਹ ਇਹ ਤੇ ਗੱਲ ਹੀ ਗਲਤ ਹੋ ਗਈ ਸਾਰੀ ਨੋ 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 ਐਕਚੁਅਲ ਲੈਵਲ ਤੇ ਬਾਣੀ ਨੂੰ ਬਾਣੀ ਦੇ ਅਕੋਰਡਿੰਗਲੀ ਸਮਝੋ ਉਦੇ ਅਨੁਸਾਰ ਜਦੋਂ ਉਹਦੇ ਮੁਤਾਬਕ ਸਮਝੇਗਾ ਫਿਰ ਪਤਾ ਲੱਗਾ ਬਾਬਾ ਜੀ ਸਾਨੂੰ ਸੰਗਤ ਕਰਨ ਦੀ ਗੱਲ ਕਰਦੇ ਅਸਲ ਸੰਗਤ ਤੇ ਉਹਦੇ ਅੰਦਰ ਤੁਸੀਂ ਜਦੋਂ ਇੱਕ ਰਬਾਣੀ ਦਾ ਅਹਿਸਾਸ ਸੱਚ ਫਿਰ ਜੈਸੇ ਮਰਜੀ ਮਾਹੌਲ ਚੋਂ ਲੰਘ ਰਹੇ ਹੋ ਉਹ ਚੀਜ਼ਾਂ ਜਿਹੜੀਆਂ ਨੇ ਉਹ ਤੁਹਾਨੂੰ ਸਹੀ ਡਾਇਰੈਕਸ਼ਨ ਵਿੱਚ ਲੈ ਕੇ ਜਾਣਗੀਆਂ ਗੁਰੂ ਬਾਬਾ ਜੀ ਕਹਿੰਦੇ ਇਹੋ ਜੀ ਸੰਗਤ ਕਰਨ ਦੀ ਤੈਨੂੰ ਪ੍ਰੇਰਣਾ ਦੇ ਰਿਆਂ ਬੈਸ ਸੁਥਾਨ ਸਦ ਹਰਗੁਣ ਗਾਵੈ ਜਿੱਥੇ ਸਦਾ ਹੀ ਹਰੀ ਦਾ ਗੁਣਗਾਨ ਹੋਏ ਸੱਚਾ ਸ਼ਬਦ ਸਮਾਵਣਿਆ ਤੇ ਸੱਚੇ ਸ਼ਬਦ ਦੇ ਵਿੱਚ ਤੇਰੀ ਸੁਰਤ ਸਮਾਜ ਆਏ ਜਾ ਕੇ ਸੁਰਤ ਇਤਨੀ ਡੀਪ ਲੈਵਲ ਤੇ ਤੈਨੂੰ ਕੋਈ ਚੀਜ਼ ਕਾਰਵ ਕਰ ਜਾਏ ਕਿ ਬਾਹਰਲੀ ਦੁਨੀਆ ਦੇ ਨਾਲ ਤੇਰੀ ਰਿਲੇਸ਼ਨਸ਼ਿਪ ਜਿਹੜੀ ਹੈ ਉਹ ਇੱਕ ਵਿਹਾਰ ਰਹਿ ਜਾਏ ਅੰਦਰ ਦੀ ਦੁਨੀਆ ਤੇਰੀ ਹੈ ਕਿਸੇ ਸੱਚ ਦੇ ਨਾਲ ਅੰਗੇਜ ਕਰ ਜਾਏ ਇਹ ਬੜੀ ਸਪਿਰਚੁਅਲ ਸਾਈਡ ਤੋਂ ਬੜੀ ਇੱਕ ਹਾਇਰ ਸਟੇਟ ਆਫ ਮਾਈਂਡ ਦੀ ਗੱਲ ਹੋ ਰਹੀ ਹੈ ਇੱਥੇ ਅਗਲਾ ਬਚਨ ਲਿਖਿਆ ਨੌਂਦਰ ਠਾਕੇ ਧਾਵਤ ਰਹਾਏ ਕਿਉਂਕਿ ਅੱਗੇ ਗੁਰੂ ਸਾਹਿਬ ਨੇ ਹੁਣੇ ਗੱਲ ਉਦਸਮ ਦਵਾਰ ਤੋਂ ਸਾਰੀ ਬਾਤ ਕਰਨੀ ਹੈ ਫਿਰਗਾ ਮਾਫੀ ਚਾਹਾਂਗਾ ਆਪ ਆਪਣੀ ਅੰਡਰਸਟੈਂਡਿੰਗ ਹੈ ਕਈ ਵਾਰੀ ਮੈਨੂੰ ਕੋਈ ਲੱਗਦੀ ਹੈ ਸੁਪਰਫਿਸ਼ੀਅਲ ਹੈ ਕਿਛਨ ਮੇਰੀ ਲੱਗੇਗੀ ਹੀ ਇਸ ਮੇਕਿੰਗ ਹਿਸ ਓਨ ਕਾਈਂਡ ਆਫ ਥਾਟਸ ਬਟ ਅਕੋਰਡਿੰਗ ਟੂ ਬਾਣੀ ਜੋ ਬਾਣੀ ਦੇ ਪੈ ਵਿੱਚ ਰਾਇ ਕਿ ਸਮਝ ਆਈ ਉਹਦੀ ਬਾਤ ਕਰ ਰਹੇ ਹਾਂ ਮੈਂ ਜਿਹਨ ਨੌਂਦਰ ਠਾਕੇ ਰੋਕ ਲਏ ਠਾਕਣਾ ਨੂੰ ਰੋਕਣਾ ਤਾਵਤ ਰਹਾਏ ਮਨ ਜਿਹੜਾ ਭਜ ਰਿਹਾ ਸੀ ਉਹ ਰੋਕ ਲਿਆ ਫਿਰ ਜਾ ਕੇ ਬਾਤ ਬਣੀ ਦਸਮੇ ਨਿਜ ਕਰਵਾਸਾ ਪਾਏ ਫਿਰ ਅਗਲੀ ਅਗਲੀ ਗੱਲ ਬਣਗੀ ਦਸਵਾਂ ਦਵਾਰ ਖੁੱਲਣ ਵਾਲੀ ਗੱਲ ਹੋਊਗੀ ਹੁਣ ਇਹ ਪਹਿਲੀ ਗੱਲ ਤੇ ਇਹ ਆ ਇਟਸ ਅ ਮੈਟਾਫੋਰ ਇੱਕ ਮੈਟਾਫੋਰਿਕ ਵੇ ਨਾਲ ਗੱਲ ਕੀਤੀ ਜਿਵੇਂ ਤੁਸੀਂ ਸਮੁੱਚਾ ਸੂਫੀ ਸਾਹਿਤ ਪੜੋ ਜੇ ਤੁਸੀਂ ਬਹੁਤ ਸੂਫੀਆਂ ਨੂੰ ਪੜੋਗੇ ਤੇ ਤੁਹਾਨੂੰ ਭਗਤ ਫਰੀਦ ਜੀ ਸਮਝ ਆ ਜਾਣਗੇ ਅਦਰਵਾਈਜ਼ ਇਹ ਤੁਹਾਨੂੰ ਸਮਝ ਨਹੀਂ ਲੱਗੇਗੀ ਸਾਡੇ ਘਰ ਚ ਬੜੇ ਲੋਕ ਬੜੇ ਸੁਪਰਫਿਸ਼ੀਅਲ ਵੇ ਨਾਲ ਵੀ ਕਈ ਵਾਰੀ ਭਗਤ ਜੀ ਦੇ ਬਚਨਾਂ ਨੂੰ ਜਿਹੜਾ ਹੈਗਾ ਉਹ ਐਕਸਪਲੇਨ ਕਰਨ ਦੀ ਟਰਾਈ ਕਰਦੇ ਨੇ ਜਿਵੇਂ ਅਸੀਂ ਹੁਣ ਮੈਂ ਸ੍ਰੀ ਸਾ ਪਾਈ ਹੈ ਕਿਰਪਾਨ ਮੇਰੇ ਜਿਹੜਾ ਹੈਗਾ ਗਲੇ ਨਾਲ ਗਾਤਰਾ ਪਾ ਕੇ ਲਟਕ ਰਹੀ ਹੈ ਸਾਡੇ ਡਿਸਪਲੇ ਤੇ ਸ਼ਮਸ਼ੀਰਾਂ ਕਿਰਪਾਨਾਂ ਜਿਹੜੀਆਂ ਨੇ ਉਹ ਪਈਆਂ ਨੇ ਸਾਡੇ ਘਰ ਦੇ ਵਿੱਚ ਸਾਨੂੰ ਇਹ ਸਿਖਾਇਆ ਗਿਆ ਕਿ ਚੰਕਾਰ ਅਜਹਮਾ ਹਿਲ ਤੇ ਦਰਗੁਜਸ਼ ਜਦੋਂ ਕੋਈ ਰਾ ਨਾ ਨਾ ਰਹਿ ਜੇ ਫਿਰ ਬਾ ਸ਼ਮਸ਼ੀਰ ਦਸਤ ਸ਼ਮਸ਼ੀਰ ਦੇ ਦਸਤੇ ਨੂੰ ਹੱਥ ਪਾ ਲੈਣਾ ਜਾ ਕੇ ਸਾਡੇ ਗੁਰੂ ਸਾਹਿਬ ਖੰਡੇ ਖੜਕਾਉਂਦੇ ਰਹੇ ਗੁਰੂ ਹਰਗੋਬਿੰਦ ਸਾਹਿਬ ਦੇ ਯੋਧਿਆਂ ਨੇ ਭਾਰਤੀ ਖਿੱਤੇ 'ਚ ਨਵੀਂ ਤਵਾਰੀਖ ਰਚੀ ਮਤਲਬ ਚਾਰ ਜੰਗਾਂ ਲੜੀਆਂ ਤੇ ਜਿੱਤੀਆਂ ਇਹ ਤੁਹਾਨੂੰ ਮੁਹੰਮਦ ਗੋਰੀ ਤੋਂ ਬਾਅਦ ਮਤਲਬ ਇਵਨ ਮਹਿਮੂਦ ਗਜਨਵੀ ਤੋਂ ਹੀ ਲੈ ਲਓ ਪਰ ਗੋਰੀ ਤੋਂ ਬਾਅਦ ਤੇ ਤੁਹਾਨੂੰ ਬਿਲਕੁਲ ਹੀ ਨਾ ਮਿਲੇਗਾ ਤੇ ਪੰਜਾਬ ਦੇ ਵਿੱਚ ਬੜੀ ਦੂਰ ਦੀ ਗੱਲ ਤੇ ਹੋਰ ਰਹੀ ਪੰਜਾਬ ਦੀ ਫਜ਼ਾਵੇਂ ਤੇ ਬਿਲਕੁਲ ਨਹੀਂ ਪਹਿਲੀ ਵਾਰ ਇਸ ਖਿੱਤੇ ਜੇ ਕਿਸੇ ਨੇ ਵੇਖਿਆ ਨਾ ਕਿ ਮੁਗਲਾਂ ਦੇ ਆ ਅੱਖਾਂ 'ਚ ਅੱਖਾਂ ਪਾ ਕੇ ਜੇ ਕਹਿੰਦੇ ਨੇ ਵੀ ਜਿਹੜਾ ਹੈਗਾ ਆਈ ਬਾਲ ਟੂ ਆਈ ਬਾਲ ਜਿਹੜਾ ਇਸ ਤਰੀਕੇ ਦਾ ਕਨੈਕਸ਼ਨ ਬਣਦਾ ਹੈਗਾ ਉਹ ਇਸ ਗੁਰੂ ਸਾਹਿਬ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਯੋਧੇ ਬਣਾਉਂਦੇ ਨੇ ਭਾਈ ਬਲੂਰੀ ਬਾਜ ਖੋਲ ਲਿੰਦੇ ਨੇ ਉਹਦਾ ਮਤਲਬ ਇੱਕ ਐਸੀ ਜੁਰਤ ਦੀ ਗੱਲ ਹੋ ਰਹੀ ਹੈ ਜਿਸ ਜੁਰਤ ਨੇ ਇਸ ਖਿੱਤੇ ਨੂੰ ਇੱਕ ਅਣਖ ਤੇ ਗੈਰਤ ਵਾਲੇ ਜੀਵਨ ਵਿੱਚ ਲੈ ਕੇ ਆਏ ਖੈਰ ਨੇ ਅਸੀਂ ਤਾਰੀਖ ਚੌਥ ਪਾਸੇ ਵੇਖਦੇ ਆ ਭਗਤ ਫਰੀਦ ਜੀ ਦੇ ਬਚਨ ਅਸੀਂ ਪੜ੍ਹੀਏ ਭਗਤ ਫਰੀਦ ਜੀ ਦੇ ਬਚਨ ਆਗੇ ਨੇ ਕਿ ਫਰੀਦਾ ਜੋਤੈ ਮਾਰਨ ਮੁਕੀਆਂ ਤਿਨਾ ਨਾ ਮਾਰੇ ਕਮ ਸਾਡੇ ਲੋਕਾਂ ਨੇ ਬੜੇ ਸੁਪਰਫਿਸ਼ੀਅਲ ਵੇ ਨਾਲ ਉਹਨੂੰ ਐਕਸਪਲੇਨ ਕਰਨ ਦੀ ਟਰਾਈ ਕੀਤੀ ਇਹ ਜੀ ਦੂਜੇ ਮੁਕੇ ਮਾਰਨ ਦੀ ਗੱਲ ਹੈ ਇਹ ਦੂਜੇ ਕੁਸਨ ਮਾਰਨ ਦੀ ਗੱਲ ਹੈ ਇਹੋ ਜੀ ਗੱਲ ਹੈ ਇਹੋ ਜੀ ਗੱਲ ਹੈ ਐਕਚੁਅਲ ਲੈਵਲ ਤੇ ਇੱਕ ਆਈਡੀਅਲ ਥਾਟ ਹੈ ਸਮਾਜ ਕਦੀ ਵੀ ਸਿਰਫ ਰਿਟੈਲੀਏਸ਼ਨ ਤੇ ਨਹੀਂ ਚੱਲਦਾ ਨਾ ਜੇ ਤੁਸੀਂ ਸਿਰਫ ਰਿਵੈਂਜ ਬੇਸਡ ਬਿਹੇਵੀਅਰ ਅਡਾਪਟ ਕਰੋਗੇ ਆ ਗੈਂਗਵਾਰ ਕੀ ਹੁੰਦੀਆਂ ਨੇ ਆਇ ਦਿਨ ਤੁਸੀਂ ਬੱਚਿਆਂ ਨੂੰ ਉੱਥੇ ਉਹਨੇ ਉਹਨੂੰ ਮਾਰਤੀ ਗੋਲੀ ਉਹਨਾਂ ਨੂੰ ਮਾਰਤੀ ਗੋਲੀ ਉਹਨਾਂ ਨੂੰ ਮਾਰਤੀ ਗੋਲੀ ਸਮਾਜ ਐਵੇਂ ਚੱਲੇਗਾ ਕਦੀ ਵੀ ਨਹੀਂ ਚੱਲੇਗਾ ਸਮਾਜ ਚੱਲਦਾ ਹੈ ਫੋਰਗਿਵਨੈਸ ਦੇ ਨਾਲ ਸਮਾਜ ਚੱਲਦਾ ਹੈ ਸਹਿਜਣ ਦੇ ਨਾਲ ਬਰਦਾਸ਼ਤ ਕਰਨ ਦੇ ਨਾਲ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਤੋਂ ਬਾਤ ਸ਼ੁਰੂ ਕਰੋ ਤੁਸੀਂ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਕਿੱਡਾ ਵੱਡਾ ਬਰਦਾਸ਼ਤਿਆ ਤੁਸੀਂ ਦੇਖੋ ਮਾਫੀ ਮੰਗਾnga ਮੈਂ ਮੈਂ ਲਫ਼ਜ਼ ਕਹਿਣ ਲੱਗਾ ਪੰਜਾਬੀ ਫਿਜ਼ਾਂ ਚ ਤੁਸੀਂ ਭਲੇ ਵਧਿਓ ਯੂ ਮੋਸਟ ਆਫ ਯੂ ਆਰ ਫੈਮਿਲੀਅਰ ਵਿਦ ਪੰਜਾਬੀ ਕਲਚਰ ਪੰਜਾਬੀ ਡਾਇਲੈਕਟ ਆ ਆਮ ਪੰਜਾਬੀ ਜਿਹੜਾ ਮੁਹਾਵਰਾ ਈਡੀਅਮ ਆ ਕੋਈ ਕਿਸੇ ਦੇ ਪਿਤਾ ਨੂੰ ਕਤਲ ਕਰ ਦੇ ਤੇ ਉਹ ਬੰਦਾ ਸਮਾਜ ਵਿੱਚ ਵਿਚਰੇ ਤੇ ਲੋਕ ਉਹਨੂੰ ਕੀ ਕਹਿਣਗੇ ਲੋਕ ਉਹਨੂੰ ਜਿਉਂਦਾ ਨਹੀਂ ਰਹਿਣ ਦੇਣਗੇ ਉਹ ਕਹਿਣਗੇ ਤੂੰ ਵੱਡੀਆਂ ਗੱਲਾਂ ਕਰਨਾ ਪਿਓ ਦਾ ਬਦਲਾ ਤੇ ਲਿਆ ਨਹੀਂ ਗਿਆ ਉਹਨੇ ਮਾਰਿਆ ਥਿੰਕ ਅਬਾਊਟ ਥੈਟ ਵੇ ਗੁਰੂ ਹਰਗੋਬਿੰਦ ਸਾਹਿਬ ਦੇਖੋ 3 ਸਾਲ ਜੇਲ੍ਹ ਵੀ ਰਹਿ ਕੇ ਆਇਆ ਕਿਲੇ ਦੇ ਵਿੱਚ ਕਹਿਤ ਐਕਚੁਅਲੀ ਸਟੈਬਲਿਸ਼ਮੈਂਟ ਕਰਨਾ ਕੀ ਜਾ ਰਹੀ ਹੈ ਸਟੈਬਲਿਸ਼ਮੈਂਟ ਗੁਰੂ ਹਰਗੋਬਿੰਦ ਸਾਹਿਬ ਦੀ ਰਿਟੈਲੀਏਸ਼ਨ ਦੇਖਣਾ ਚਾਹੁੰਦੀ ਹੈ ਤੇ ਗੁਰੂ ਸਾਹਿਬ ਨੂੰ ਪਤਾ ਬਾਜ ਐਵੇਂ ਨਹੀਂ ਆ ਗਿਆ ਬਾਜ ਇੱਕ ਬੜੀ ਪਿਆਰੀ ਚੀਜ਼ ਹੈ ਤੁਸੀਂ ਕਹਿੰਦੇ ਹਿਸਟਰੀ ਆ ਤੁਸੀਂ ਇਸ ਗੱਲ ਤੋਂ ਵਾਕਿਫ ਹੋ ਹੋ ਸ਼ਾਇਦ ਲਿਟਰੇਚਰ 'ਚ ਬਿਆਨ ਕੀਤਾ ਜਾਂਦਾ ਕਿ ਜਿਹੜੇ ਆਮ ਚਿੜੀਆਂ ਲਾਲੀਆਂ ਹੋਰ ਜਨੌਰ ਹੁੰਦੇ ਨੇ ਪੰਛੀ ਵਗੈਰਾ ਬਰਡਸ ਇਹਨਾਂ ਦੇ ਬੱਚੇ ਬڑے ਛੋਟੇ ਛੋਟੇ ਉੱਡਣ ਲੱਗ ਜਾਂਦੇ ਨੇ ਕਬੂਤਰ ਬਾਜ ਦਾ ਬੱਚਾ ਇਹ ਜਿੱਦਣ ਪਹਿਲੇ ਦਿਨ ਉਡਾਰੀ ਭਰਦਾ ਹੈ ਨਾ ਕਹਿੰਦੇ ਆਪਣੀ ਮਾਂ ਨਾਲ ਲੜ ਕੇ ਘਰੋਂ ਦੇ ਚੋਂ ਬਾਹਰ ਨਿਕਲਦਾ ਕਿੰਨੀ ਉਮਰ ਹੋ ਜਾਂਦੀ ਹੈ ਫਿਰ ਜਾ ਕੇ ਜਿਹੜੀ ਫਾਲਕਨ ਹੈਗੀ ਉਹਨੂੰ ਉੱਡਣ ਦਿੰਦੀ ਹੈ ਨਹੀਂ ਤੇ ਉੱਡਣ ਨਹੀਂ ਦਿੰਦੇ ਉਹਨਾਂ ਕਿਉਂਕਿ ਉਹਨੂੰ ਪਤਾ ਹੈ ਵੀ ਛੋਟੀਆਂ ਛੋਟੀਆਂ ਉਡਾਰੀਆਂ ਥੋੜਾ ਮਾਰ ਰੀਆਂ ਨੇ ਨੋ 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 ਇਹਨੇ ਤੇ ਉਹ ਉੱਚੀਆਂ ਸਮਾਨਾਂ ਤੇ ਉੱਡਣਾ ਜਦੋਂ ਬਹੁਤ ਤੇਜ਼ ਹਵਾ ਹੋਏ ਜੇ ਤੁਹਾਡੇ ਚ ਕੋਈ ਬਹਿਫ ਗਿਆ ਹੋਏ ਮਾਉਂਟੀਜ਼ ਦੇ ਵਿੱਚ ਇੱਥੇ ਜਦੋਂ ਅਸੀਂ ਉੱਤੇ ਚਲੇ ਜਾਂਦੇ ਹਾਂ ਇੰਨੀ ਤੇਜ਼ ਹਵਾ ਚੱਲਦੀ ਹੈ ਜਿਸ ਦੇ ਵਿਚਕਾਰ ਦੇਖਦੇ ਨੇ ਦੋਨਾਂ ਪਹਾੜਾਂ ਦੇ ਵਿੱਚ ਜਦੋਂ ਬੜੀ ਤੇਜ਼ ਹਵਾ ਮੂਵ ਕਰਦੀ ਹੈ ਸਾਰੇ ਪੰਛੀ ਡਰ ਕੇ ਘਰੋਂਦਿਆਂ ਚਾ ਦਰਖਤਾਂ ਦੀਆਂ ਟਾਹਣੀਆਂ 'ਤੇ ਉੱਤੇ ਘੁੱਟ ਕੇ ਇਸ ਤਰ੍ਹਾਂ ਫੜ ਕੇ ਬਹਿ ਜਾਂਦੇ ਨੇ ਜਿਹੜਾ ਇੱਕ ਪੰਛੀ ਹੈ ਜਦੋਂ ਇੰਨੀ ਤੇਜ਼ ਹਵਾ ਚੱਲਦੀ ਹੈ ਉਦੋਂ ਫਿਰ ਆਪਣੇ ਪਰ ਤੋਲਣ ਵਾਸਤੇ ਉੱਤਰਦਾ ਇਸ ਆਕਾਸ਼ ਦੇ ਵਿੱਚ ਬਾਜ ਹਵਾ ਨਾਲ ਅਠ ਹਟਕੇਲੀਆਂ ਕਰਦਾ ਹੈ ਇੱਥੇ ਇਹਨਾਂ ਨੇ ਬਹੁਤ ਸਾਰ ਐਕਸਪੈਰੀਮੈਂਟ ਕੀਤੇ ਨੇ ਜਹਾਜ਼ ਦੇ ਉੱਤੇ 200 ਕਿਲੋਮੀਟਰ ਦੀ ਰਫ਼ਤਾਰ ਤੇ ਉੱਡਦਿਆਂ ਹੋਇਆ ਇਸ ਤਰੀਕੇ ਦੇ ਨਾਲ ਉਤੋਂ ਫਾਲਕਨ ਨੂੰ ਥੱਲੇ ਸੱਟਿਆ ਉਹਨਾਂ ਨੇ ਜਸਟ ਇਨ ਅ ਕਾਈਂਡ ਆਫ ਯੂ ਕੈਨ ਸੀ ਫ੍ਰੈਕਸ਼ਨ ਆਫ ਸੈਕੰਡਸ ਐਵੇਂ ਵਗਾਇਆ ਇੱਕਦਮ ਪਲਟੀ ਮਾਰ ਕੇ ਆਪਣੇ ਪਰਾਂ ਤੇ ਸਿੱਧਾ ਹੋ ਗਿਆ ਇੰਨੀ ਜੁਰਤ ਹਾਂ ਐਕਚੁਅਲੀ ਇਹ ਜਿਹੜੀ ਚੀਜ਼ ਆ ਇਹ ਦੱਸਦੀ ਆ ਕਿ ਉਹ ਇਸ ਬਾਜ ਦੀ ਕਿਹੜੀ ਗੱਲ ਹੋ ਰਹੀ ਆ ਗੁਰੂ ਸਾਹਿਬ ਨੇ ਉਸ ਬਾਜ ਨੂੰ ਲਿਆਂਦਾ ਉੱਥੇ ਤੇ ਹੁਣ ਬਾਜ ਬਾਜ ਆਵੇਂ ਨਹੀਂ ਕਿ ਤੁਸੀਂ ਕਹੋ ਕਿ ਆਵੇਂ ਉਡਾਰੀ ਲੱਗ ਜਾਂਦਾ ਮਾਰ ਨਾ ਨਾ ਤੇ ਬਾਜ ਦੇ ਕਹਿੰਦੇ ਪਰ ਵੀ ਕੱਟਦੇ ਤਾਂ ਵੀ ਉੱਡ ਜਾਂਦਾ ਉਹ ਰੀਜ਼ਨ ਕੀ ਆ ਕਿਉਂਕਿ ਪਰਾਂ ਨਾਲ ਤੇ ਉੱਡਦਾ ਹੀ ਨਹੀਂ ਉਹ ਉਹ ਤੇ ਸੀਨੇ ਦੇ ਮੂਵ ਨਾਲ ਉੱਡਦਾ ਤੁਸੀਂ ਦੇਖੋ ਕਦੇ ਅਦਰਵਾਈਜ਼ ਜੇ ਪਰਾਂ ਨਾਲ ਉੱਡੇ ਤੇ ਜਿਹੜਾ ਉਹਨੇ ਸ਼ਿਵਰ ਸ਼ਿਕਾਰ ਵੀ ਮਾਰਦੇ ਜਉਂਦਾ ਇਲ ਤੇ ਬਾਜ ਚ ਫਰਕ ਕੀ ਹੈ ਇਲ ਮਰੇ ਜਾਨਵਰ ਨੂੰ ਖਾਂਦੀ ਹੈ ਬਾਜ ਮਰੇ ਜਾਨਵਰ ਨੂੰ ਮੋਹ ਲਾਉਂਦਾ ਆਪਣਾ ਮਾਰ ਕੇ ਖਾਂਦਾ ਤੇ ਜਦੋਂ ਫੜਨਾ ਵੀ ਉਹਨੇ ਆਪ ਫੜਨਾ ਤੇ ਫੜਨਾ ਵੀ ਐਵੇਂ ਹੈ ਜਦੋਂ ਸ਼ਿਕਾਰ ਨੂੰ ਇਸ ਤਰ੍ਹਾਂ ਫੜਨਾ ਬਿਲਕੁਲ ਪਰਾਂ ਦੀ ਆਵਾਜ਼ ਨਹੀਂ ਹੋਣੀ ਉਹ ਦਿੰਦੀ ਕਿਉਂਕਿ ਪਰ ਤੇ ਮਾਰ ਨਹੀਂ ਨੇ ਉਹਨੇ ਹੁਣ ਤੇ ਸੀਨੇ ਨਾਲ ਮੂਵ ਲੈਣਾ ਮੂਵ ਨਾਲ ਹੀ ਚੱਕ ਕੇ ਲੈ ਜਾਣਾ ਉਹਨੇ ਗੁਰੂ ਹਰਗੋਬਿੰਦ ਸਾਹਾ ਐਵੇਂ ਰਿਟੈਲੀਏਟ ਕਰਨਗੇ ਨੋ ਵੇ ਬਲਕੇ ਜੰਗ ਲੜੀ ਉਹਨਾਂ ਨੇ ਇਹ ਨਹੀਂ ਕਿ ਜਾ ਕੇ ਜਹਾਂਗੀਰ ਤੇ ਅਟੈਕ ਕਰਤਾ ਦੂਜਾ ਨਾ ਅੰਮ੍ਰਿਤਸਰ ਸ਼ਹਿਰ ਦੀ ਰਾਖੀ ਵਾਸਤੇ ਜਿੱਦਨ ਮੁਰਤਜ਼ਾ ਖਾਨ ਫੌਜ ਲੈ ਕੇ ਆਉਂਦਾ ਸੋ ਇਹ ਤੇ ਸਹੀ ਰੂਪ ਵਿੱਚ ਦੇਖੋ ਫਿਰ ਸਮਾਂ ਨਹੀਂ ਅਦਰਵਾਇਜ਼ ਮੈਂ ਤੁਹਾਨੂੰ ਦੂਸਰੇ ਪਾਸੇ ਉਹ ਉਲਾਮਾ ਇਕਬਾਲ ਦੀਆਂ ਕੁਝ ਲਿਖਤਾਂ ਚ ਲੈ ਜਾਂਦਾ ਮਤਲਬ ਇਹਨਾਂ ਸਕਾਲਰ ਬੰਦਾ ਤਲਵਾਰਾਂ ਖਿੱਚਣ ਦੀਆਂ ਗੱਲਾਂ ਕਰ ਰਿਹਾ ਹੈ ਇੱਥੇ ਭਗਤ ਫਰੀਦ ਸੂਫੀ ਉਹ ਕਹਿੰਦਾ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮੰਨਣਾੜਾ ਮਤਲਬ ਇੱਕ ਡਿਫਰੈਂਟ ਲੈਵਲ ਤੇ ਇੱਕ ਉਹਨਾਂ ਦੀ ਇੱਕ ਇੱਕ ਸਾਰੀ ਸਾਰੀ ਰਚਨਾ ਹੈਗੀ ਹੈ ਹੁਣ ਜਿਹੜੀ ਬਾਅਦ ਵਿੱਚ ਮੌਲਿਕ ਰੂਪ ਵਿੱਚ ਕਰਨੀ ਚਾਹ ਰਿਹਾ ਸੀਗਾ ਕਿ ਭਗਤ ਫਰੀਦ ਜੀ ਨੇ ਉਹ ਰੰਗ ਬਿਆਨ ਕੀਤਾ ਜਿਹੜਾ ਮੋਸਟਲੀ ਇਸਲਾਮਕ ਤਵਾਰੀਖ ਤੇ ਇਸਲਾਮਕ ਰਾਈਟਿੰਗ ਦੇ ਵਿੱਚ ਮੌਜੂਦ ਨਹੀਂ ਸੀ ਕੰਮ ਕਰਕੇ ਇਸ ਲਈ ਗੁਰੂ ਸਾਹਿਬ ਨੂੰ ਥਾਂ ਦਿੱਤੀ ਆਪਣੀ ਬਾਣੀ ਦੇ ਵਿੱਚ ਇਹ ਮੰਨਿਆ ਜਾਂਦਾ ਵਿਸ਼ਵਾਸ ਹੈ ਕਿ ਖੁਦਾ ਤੱਕ ਬੰਦੇ ਦੀ ਪਹੁੰਚ ਲੈਂਗੇ ਹਾਂ ਬੰਦਾ ਬਹਿਸ਼ਤ ਚ ਜਾ ਸਕਦਾ ਹੈ ਸਵਰਗ ਚ ਤੂੰ ਜਾਏਗਾ ਕਿਦਨ ਜਿਸ ਦਿਨ ਉਹਦੇ ਮਰਨ ਤੋਂ ਬਾਅਦ ਡੇ ਆਫ ਜਜਮੈਂਟ ਆਉਣਾ ਹੈ ਕਿਆਮਤ ਉਦੋਂ ਉਹਨੇ ਕਬਰ ਚ ਉੱਠਣਾ ਹੈ ਉਹਦਾ ਫੈਸਲਾ ਹੋਣਾ ਹੈ ਜਿਹਦੇ ਤੇ ਜਿਹੜੀ ਹੈ ਗਵਾਹੀ ਪੈਗੰਬਰ ਪਰੇਗਾ ਖੁਦਾ ਨੂੰ ਜੰਨਤ ਪਾਏਗਾ ਦੁੱਜੇ ਨੂੰ ਜਹਨਮ ਮਿਲੇਗਾ ਇਹ ਵਿਸ਼ਵਾਸ ਆ ਉਹਨਾਂ ਦਾ ਭਗਤ ਫਰੀਦ ਜੀ ਨੂੰ ਪੁੱਛੀਏ ਵੀ ਭਗਤ ਫਰੀਦ ਜੀ ਇੱਕ ਵਾਕਿਆ ਚ ਐਵੇਂ ਹੋਏਗਾ ਵੇਟ ਕਰਨੀ ਪੈਗੀ ਕਬਰਾਂ ਦੇ ਚ ਬੈਠ ਕੇ ਇਹਨਾਂ ਸਮਾਂ ਤਾਂ ਜਾ ਕੇ ਡੇ ਆਫ ਜਜਮੈਂਟ ਹੋਏਗਾ ਤੇ ਖੁਦਾ ਮਿਲੇਗਾ ਉਹਨਾਂ ਦਾ ਬਚਨ ਪੜਦੇ ਆ ਅੱਜ ਮਿਲਾਵਾ ਸ਼ੇਖ ਫਰੀਦ ਉਹ ਕਹਿੰਦੇ ਵੇਟ ਕਰਨ ਦੀ ਲੋੜ ਹੀ ਨਹੀਂ ਹੁਣੇ ਹੇਅਰ ਐਂਡ ਨਾਊ ਅੱਜ ਮਿਲਾਵਾ ਸ਼ੇਖ ਫਰੀਦ ਅੱਜ ਹੀ ਮਲਾ ਪਿਆ ਪਰ ਹੁੰਦਾ ਕਿਉਂ ਨਹੀਂ ਉਹ ਕਹਿੰਦੇ ਟਾਕਿਮ ਕੂੰਜੜੀਆਂ ਮਨੋ ਮਚਿੰਦੜੀਆਂ ਟਾਕਿਮ ਕੂੰਜੜੀਆਂ ਉਹਨਾਂ ਕੂੰਜਾਂ ਨੂੰ ਰੋਕ ਜਿਹੜੀਆਂ ਭੱਜ ਰਹੀਆਂ ਨੇ ਬਾਹਰ ਨੂੰ ਤੇਰੇ ਗਿਆਨ ਇੰਦਰੇ ਤੇ ਕਰਮ ਇੰਦਰੇ ਬੰਦਾ ਰਸ ਬਾਹਰੋਂ ਲੱਭ ਰਿਹਾ ਹੈ ਅੱਖਾਂ ਨਾਲ ਕੰਨ ਨਾਲ ਜੀਬ ਨਾਲ ਸਭੇ ਚ ਗਵਾਚਾ ਪਿਆ ਜਿਹਨੂੰ ਬਾਣੀ ਨੇ ਇਸ ਤਰ੍ਹਾਂ ਬਿਆਨ ਕੀਤਾ ਕਿ ਇਤੇ ਰਸ ਸ਼ਰੀਰ ਕੇ ਇਹ ਕਟਨਾਮ ਨਿਵਾਸ ਇੰਨੇ ਰਸਾਂ ਚ ਗਲਤਾਨ ਹੋਏ ਬੰਦੇ ਨੂੰ ਨਾਮ ਦਾ ਰਸ ਕਿਵੇਂ ਮਿਲੇਗਾ ਉਹ ਨੂੰ ਨਹੀਂ ਮਿਲ ਸਕਦਾ ਇਹ ਤੇ ਰਸ ਸੋਇਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਵਾਸ ਰਸ ਘੋੜੇ ਰਸ ਸੇਜਾ ਮੰਦਰ ਰਸ ਮੀਠਾ ਰਸ ਮਾਸ ਮਤਲਬ ਇੰਨੇ ਰਸਾਂ ਚ ਗਲਤਾਨ ਬੰਦਾ ਉਹ ਉਹ ਨੂੰ ਤੇ ਇਸੇ ਚੀਜ਼ ਦਾ ਫਿਕਰ ਪਿਆ ਵੀ ਸਾਰੇ ਰਸ ਮੈਂ ਕਿਵੇਂ ਲੈਣੇ ਨੇ ਅੰਦਰਲੇ ਰਸ ਬਾਰੇ ਤੇ ਉਹ ਕੋਈ ਗਾਹ ਕੀ ਨਹੀਂ ਹੈਗਾ ਦਨ ਹਾਊ ਕੈਨ ਵੀ ਫਾਈਂਡ ਆਊਟ ਦੈਟ ਇੱਥੇ ਜਾ ਕੇ ਪਤਾ ਲੱਗਦਾ ਹੈ ਕਿ ਠਾਕ ਰੋਕ ਪਾਉਣ ਵਾਲੀ ਗੱਲ ਜਿਹੜੀ ਹੈ ਜਿਹੜਾ ਬਚਨ ਹੈ ਨਾ ਬੈਸ ਸਥਾਨ ਸਦ ਹਰਗੁਣ ਗਾਵੋ ਦੀ ਬਾਤ ਹੋ ਰਹੀ ਸੀ ਕਿ ਤੇਰਾ ਨਿਜ ਕਰਵਾਸਾ ਹੋ ਸਕਦਾ ਹੈ ਨੌਦਰ ਠਾਕੇ ਜੇ ਇਹਨਾਂ ਨੂੰ ਮੁੰਦਣਾ ਸਿੱਖੇਗਾ ਤੇ ਅੱਖਾਂ ਬੰਦ ਕਰਨੀਆਂ ਸਮਾਧੀਆ ਸੀਨ ਹੋਣਾ ਆ ਹੱਥ ਇਸ ਤਰੀਕੇ ਨਾਲ ਜੋੜਨੇ ਇੱਕ ਗੈਸਚਰ ਲੈਣਾ ਆ ਲੱਤਾਂ ਕਰਾਸ ਲੈਗਸ ਕਰਕੇ ਇਸ ਤਰੀਕੇ ਨਾਲ ਬੈਠਣਾ ਆ ਕੰਨਾਂ ਨੂੰ ਸੁਣਦਿਆਂ ਹੋਇਆਂ ਅੰਦਰ ਨੂੰ ਸੁਣਨਾ ਅੱਖੀਂ ਬਾਝੋਂ ਵੇਖਣਾ ਬਿਨ ਕੰਨਾਂ ਸੁਣਨਾ ਪੈਰਾਂ ਬਾਝੋਂ ਚੱਲਣਾ ਬਿਨ ਹੱਥਾਂ ਕਰਨਾ ਜੀਬੇ ਬਾਝੋਂ ਬੋਲਣਾ ਇਉਂ ਜੀਵਤ ਮਰਨਾ ਜਿਉਂਦਾ ਵੀ ਹੈ ਤੇ ਮਰਿਆ ਵੀ ਹੈ ਦੀਪ ਅੰਦਰ ਜਿਹੜੀ ਉਸ ਚੀਜ਼ ਦਿੱਤੇ ਉਹਦੀ ਉਕਰਣ ਦੀ ਬਾਤ ਹੋ ਰਹੀ ਹੈ ਜਦੋਂ ਬੰਦਾ ਉਸ ਲੈਵਲ ਤੇ ਆਪਣੀ ਰਿਲੇਸ਼ਨਸ਼ਿਪ ਆਪਣੇ ਆਪ ਨਾ ਬਣਾਏਗਾ ਤਾ ਜਾ ਕੇ ਇਨਾ ਚੀਜ਼ਾਂ ਦਾ ਰਸ ਘਸਟੇਗਾ ਅਦਰਵਾਇਸ ਕਿੱਥੇ ਘਟਦਾ ਹੈ ਬੰਦਾ ਲਾਸਟ ਆ ਤੇ ਮਾਫੀ ਮੰਗਾਗਾ ਜਿਵੇਂ ਆਮ ਭੀੜ ਦੇ ਚ ਆਮ ਬੰਦਾ ਗਵਾਚਾ ਆ ਇੱਕ ਬਾਣੀ ਦੇ ਵਿਰਸੇ ਨੂੰ ਪ੍ਰਾਪਤ ਕਰਨ ਵਾਲਾ ਵੀ ਗਵਾਚ ਗਿਆ ਆ ਉਹਦੀ ਬੜੀ ਇੱਕ ਉਪਰੀ ਜੀ ਬਾਣੀ ਨਾਲ ਅੰਡਰਸਟੈਂਡਿੰਗ ਹੈ ਜਾਂ ਸਾਝਿਆ ਇਸ ਕਰਕੇ ਮਹਾਰਾਜ ਨੇ ਇਹ ਬਿਆਨ ਕੀਤਾ ਕਿ ਨੌਂਦਰ ਠਾਕੇ ਰੋਕ ਉਹਨਾਂ ਨੂੰ ਤਾਵਤ ਰਹਾਏ ਮਨ ਜਿਹੜਾ ਭਜ ਰਿਹਾ ਭਟਕਣਾ ਰੁਕੇਗੀ ਦਸਵੇਂ ਨਿਜ ਕਰ ਵਾਸਾ ਪਾਏ ਫਿਰ ਦਸਵੇਂ ਨਿਜ ਘਰ ਦਾ ਵਾਸਾ ਆਏਗਾ ਤੇਰੇ ਅੰਦਰ ਨਿਜ ਦਾ ਮਤਲਬ ਹੀ ਹੁੰਦਾ ਯੂਅਰ ਪਰਸਨਲ ਯੂਅਰ ਪਰਸੋਨਾ ਯੂ ਰਿਐਲਿਟੀ ਯੂ ਰੀਅਲ ਸੈਲਫ ਵਾਂਸ ਯੂ ਆਏਬਲ ਟੂ ਸੀ ਹੂ ਯੂ ਆਰ ਦੈਨ ਯੂ ਕੈਨ ਇੰਜੋਏ ਯੂਅਰ ਰੀਅਲ ਸੈਲਫ ਸੋ ਇਹਦੀ ਇਹਦੀ ਬਾਤ ਹੋ ਰਹੀ ਹੈ ਦਸ ਮੈਨੇਜ ਕਰਵਾਸਾ ਪਾਏ ਉਥੇ ਅਨਹਦ ਸ਼ਬਦ ਵਜਹਿ ਦਿਨ ਰਾਤੀ ਨਹੀਂ ਤੇ ਬੰਦੇ ਦੀਆਂ ਉਮਰਾਂ ਨੁਕਝ ਨੰਗ ਜਾਂਦੀਆਂ ਕੰਨਾਂ ਚ ਸੁਣ ਸੁਣ ਕੇ ਸੁਣਨਾ ਬੱਚਾ ਆ ਬੱਚੇ ਨੂੰ ਦੋ ਤੋਂ ਤੀਜੀ ਵਾਰੀ ਤੁਸੀਂ ਕ੍ਰਿਟਿਸਾਈਜ਼ ਕਰ ਦੋ ਨਾ ਬੱਚਾ ਕਹਿੰਦਾ ਡੋਨਟ ਵਾਂਟ ਟੂ ਲਿਸਨ ਯੂ ਡੋਨਟ ਈਵਨ ਟਾਕ ਟੂ ਮੀ ਕਿਉ ਮੈਂ ਤੈਨੂੰ ਕੀ ਕਿਹਾ ਤੂੰ ਮੈਨੂੰ ਕ੍ਰਿਟਿਸਾਈਜ਼ ਕੀਤਾ ਆਈ ਕੈਨ ਨੋਟ ਐਕਸੈਪਟ ਇਟ ਕੰਨ ਬੰਦ ਹੋ ਗਏ ਬੋਲੇ ਹੋ ਗਏ ਸਿਲੈਕਟਿਵ ਹੀਅਰਿੰਗ ਆ ਸਾਡੇ ਹਾਂ ਮੇਰੀ ਕੋਈ ਤਾਰੀਫ ਕਰੇ ਕੰਨ ਬੜਾ ਸੁਣਨਗੇ ਹੰਕਾਰ ਵੱਧ ਆ ਇਹਦੇ ਨਾਲ ਬਿਨਾਂ ਸ਼ੱਕ ਮੈਂ ਠੀਕ ਹੋਵਾਂ ਨਾ ਹੋਵਾਂ ਹੂ ਕੇਅਰ ਇਹੀ ਚੀਜ਼ ਫਿਰ ਮੈਂ ਪਰਿਵਾਰ ਤੋਂ ਚਾਹਨਾ ਇਹੀ ਮੈਂ ਆਪਣੇ ਸਮਾਜ ਤੋਂ ਚਾਹਨਾ ਫਰੈਂਡਸ ਐਵੇਂ ਅਸੀਂ ਚੂਜ਼ ਕਰਦੇ ਆ ਜਿਹੜਾ ਫਰੈਂਡ ਤੇ ਇੱਕਦੋ ਦੂਜੀ ਵਾਰੀ ਮੈਨੂੰ ਕੁਝ ਕਹਿ ਦੇ ਆਈ ਡੋਨਟ ਲਾਈਕ ਆਈ ਡੋਨਟ ਵਾਂਟ ਟੂ ਟਾਕ ਨੋ ਨੋ ਹੂ ਕੇਅਰ ਇਹੋ ਜੇ ਮੈਂ ਆਪਣੇ ਕੋ-ਵਰਕਰਸ ਚਾਨਾ ਇਹੋ ਜਿਹਾ ਇਹ ਜਿਹੜੀ ਹਾਲਤ ਆ ਫਿਰ ਹੌਮਾ ਕਿਵੇਂ ਦੂਰ ਹੋ ਜੇਗੀ ਮੈਨੂੰ ਤਾਂ ਪਤਾ ਹੀ ਨਹੀਂ ਮੈਂ ਉਹਦਾ ਬੜਾ ਇੱਕ ਆਪਣੇ ਆਪ ਹੀ ਸ਼ਿਕਾਰ ਹੋ ਗਿਆ ਹੁਣ ਇਸ ਤਰੀਕੇ ਦੀ ਜਿਹੜੀ ਗੱਲ ਲਗਾਤਾਰ ਸੁਣਨ ਵਾਲੇ ਕੰਨ ਨੇ ਉਹਨਾਂ ਨੂੰ ਗੁਰੂ ਬਾਬਾ ਜੀ ਕਹਿੰਦੇ ਉਥੇ ਅਨਹਦ ਸ਼ਬਦ ਵਜਹਿ ਦਿਨ ਰਾਤੀ ਅਨਹਦ ਸ਼ਬਦ ਖੁਸ਼ੀ ਵਾਲਾ ਇੱਕ ਐਸਾ ਤਰਾਨਾ ਝੂੜ ਤੇ ਖੁਸ਼ੀ ਨਾ ਦੇ ਸਕਦਾ ਕਦੀ ਵੀ ਫੇਕ ਚੀਜ਼ ਤੇ ਕਦੀ ਰਸ ਨਹੀਂ ਦੇ ਸਕਦੇ ਫੇਕ ਤੇ ਫੇਕ ਹੀ ਹੈ ਸੋ ਗੁਰੂ ਸਾਹਿਬ ਕਹਿੰਦੇ ਰੀਅਲ ਸੱਚ ਦੇ ਨੇੜੇ ਆ ਜਾਣਾ ਇਹਦੀ ਬਾਤ ਕੰਟੀਨਿਊ ਕਰਾਂਗੇ ਕਿਉਂਕਿ ਇੱਥੇ ਹੁਣ ਵਾਈਂਡ ਅਪ ਕਰਦੇ ਆਂ ਸਮੇਂ ਨੇ ਸਫ਼ਰ ਮੁਕਾ ਦਿੱਤਾ ਆਪਣਾ ਇਸ ਕੈਨੇਡੀਅਨ ਸੋਇਲ ਦੇ ਉੱਤੇ ਰਹਿਂਦਿਆ ਹੋਇਆ ਆਪ ਸਭ ਨੂੰ ਹੈਪੀ ਥੈਂਕਸ giving day ਇਹ ਮੈਂ ਕਹਿਣਾ ਚਾਹਾਂਗਾ ਸ਼ੁਕਰਗੁਜ਼ਾਰੀਤ ਅਕਾਲ ਪੁਰਖ ਵਾਹਿਗੁਰੂ ਜੀ ਦੀ ਜਿਨ੍ਹਾਂ ਨੇ ਮਨੁੱਖੀ ਜੀਵਨ ਦਿੱਤਾ ਸਿੱਖੀ ਵਿਰਸੇ ਚ ਦਿੱਤੀ ਤੈ ਉਹ ਜੇ ਮਾਲਕ ਵਿੱਚ ਅਸੀਂ ਬੈਠੇ ਆਂ ਜਿੱਥੇ ਅਸੀਂ ਇਸ ਨੂੰ ਬਣਾ ਬਿਨਾ ਕਿਸੇ ਲਾਗ ਲਬੇੜ ਤੋਂ ਐਕਸਰਸਾਈਜ਼ ਕਰ ਸਕਦੇ ਆ ਪ੍ਰੈਕਟਿਸ ਕਰ ਸਕਦੇ ਆ ਬਾਣੀ ਪੜੋ ਗੁਰਦੁਆਰਾ ਸਾਹਿਬ ਨਾਲ ਜੁੜੋ ਪਰਿਵਾਰਾਂ ਨੂੰ ਟਾਈਮ ਦਿਓ ਆਪਣੇ ਆਪ ਨੂੰ ਸਮਝੋ ਬਾਣੀ ਮੁਤਾਬਕ ਜੀਵਨ ਟਾਲੋ then definitely happiness pleasure will happen don't worry ਇਹ ਮਾਲਕ ਦਾ ਤਰਸ ਹੈ ਇਨੀਆਂ ਕਿੰਦਤਿਆਂ ਨਾਲ ਲਿਖੇ ਮਾ ਭੁੱਲਾਂ ਗਲਤੀਆਂ ਨਾ ਚਤਾਰੇ ਉਹ ਕਹਿ ਦਿਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ